Da! Hopp, hopp, hopp! ਕਾਲਾ ਨੂਣ ਪਾ ਕੇ ਪੀ ਲਾ। ਕਿਹੜਾ ਸਾਲਾ ਜਿਹੜਾ ਆਏ ਸ਼ਨੀਵਾਰ ਸਾਕ ਕਰ ਜਾਂਦਾ। ਜੇ ਪਤਾ ਲੱਗ ਜੇ ਤਾਂ ਮੈਂ ਉਹਦੇ ਡੱਕਰੇ ਨਾ ਕਰ ਦਿਆਂ। ਹਟ ਪਿੱਛੇ ਹਟ। ਆਏ ਹਾਏ, ਹੁਣ ਤੂੰ ਇੱਥੇ ਖੜਾ ਕੀ ਚੱਕੀ ਜਾਂਦਾ ਜੀ? ਪਾਣੀ ਲੈ ਕੇ ਆ, ਇਹਨਾਂ ਦੀ ਮਕਾਨ ਲਈਏ। ਵਾਹਿਗੁਰੂ। ਆ ਤੇਰੇ ਪਿਓ ਨੇ ਦਾਚ ਨਹੀਂ ਸੀ ਦਿੱਤੀ, ਆਰਾਮ ਨਾਲ ਰੱਖ ਇਹਨੂੰ। ਮੈਂ ਤਾਂ ਦਿੱਤੀ ਸੀ ਨਾ ਮੇਰੇ ਪਿਓ ਨੇ, ਉਹ ਤਾਂ ਆਰਾਮ ਨਾਲ ਰੱਖੀ ਨਹੀਂ ਜਾਂਦੀ ਤੇਰੇ ਕੋਲੋਂ। ਨਾ ਤੈਨੂੰ ਕਿਹੜੇ ਤਸੀਹੇ ਦਿੱਤੇ ਅਸੀਂ? ਕਿੱਦਾਂ ਖੇਖਣ ਕਰਦੀ ਓ ਰੱਬ ਦਾ ਵਾਸਤਾ ਬੇਬੇ, ਤੂੰ ਆਪਦਾ ਟੇਸ਼ਨ ਬੰਦ ਰੱਖਿਆ ਕਰ। ਮੇਰਾ ਟੇਸ਼ਨ ਬੰਦ ਕਰਾ ਲਾ, ਉਹਦੀ ਲੁਤਰੋਂ ਨਾ ਬੰਦ ਕਰਾਈ। ਔਂਤਰਿਆਂ ਨਖੱਤਿਆ ਤੇਰਾ ਨਾਂ ਰੱਖਿਆ ਸੀ ਸ਼ੇਰ, ਮੈਨੂੰ ਕੀ ਪਤਾ ਸੀ ਜਨਾਨੀ ਦੇ ਸਾਹਮਣੇ ਢੇਰ ਹੋ ਜਾਣਾ ਤੂੰ। ਢੇਰ ਨੂੰ ਹੁਣ ਮੈਂ ਪਤਾ ਹੀ ਆ ਤੈਨੂੰ। ਪੁੱਛ ਇਹਨੂੰ, ਅਮਰੂ ਨੂੰ ਕਿੱਥੇ ਤੋਰਿਆ ਸਵੇਰ ਦਾ? ਸੰਸਾ ਲੱਗਾ ਮੈਨੂੰ। ਨਾ ਸੰਸੇ ਨੂੰ ਮੈਂ ਜੰਗ ਤੇ ਘੱਲਤਾ, ਸੌਦਾ ਹੀ ਲੈਣ ਗਿਆ। ਮੇਰਾ ਜਵਾਕ ਵੀ ਨਾਲੇ ਹੀ ਆ, ਆਉਂਦਾ ਹੀ ਹੋਊਗਾ। ਤੂੰ ਇੱਧਰ ਆ ਜੀ, ਆਲੇ ਫੜ ਕੱਪੜੇ ਸੁੱਕਣੇ ਪਾ, ਬੁੜੀ ਜੀ ਸਵੇਰੇ ਕਲੇਸ਼ ਪਾ ਕੇ ਬਹਿ ਜਾਂਦੀ ਆ। ਜਾ ਪਾ 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 ਦਰ ਫਟੇ ਮੁੱਤੇ। ਉਤਰ ਜਾ ਯਾਰ, ਮੈਂ ਤੇਰਾ ਚਾਚਾ ਮੱਗਰ ਕਾ ਖੋਤਾ ਥੋੜੀ ਆ, ਤੂੰ ਹੀ ਦੁਖਣ ਲੱਗੀ ਮੇਰੀ। ਮੈਂ ਨਹੀਂ ਉਤਰਨਾ, ਮੈਂ ਘਰੇ ਜਾ ਕੇ ਮੰਮੀ ਨੂੰ ਦੱਸੂ। ਨਾ ਯਾਰ, ਤੂੰ ਤਾਂ ਐਂ ਕਰਦਾ ਜਿਵੇਂ ਤੇਰੇ ਤੋਂ ਭਾੜਾ ਮੰਗ ਲਿਆ ਮੈਂ। ਕੋਈ ਨਾ, ਤੈਨੂੰ ਟੋਫੀਆਂ ਦਊਂਗਾ, ਤੂੰ ਭਾਬੀ ਨੂੰ ਦੱਸੀ ਨਾ ਯਾਰ। ਓਏ ਥੋੜਾ ਛੱਤਰ ਮਾਰੂ ਮੈਂ। ਹਟ ਹਟ ਓਏ, ਥੋੜੀ ਡਮਰੂ ਨੂੰ ਸਾਹ, ਤੁਸੀਂ ਮਜ਼ਾਰੀ ਨਾਲ ਤਮਾਸ਼ਾ ਕਰਦੇ ਦੇਖ ਲਿਆ ਮੈਨੂੰ। ਕੀ ਆ ਛੱਤਰ ਖਾਣਾ ਤੂੰ? ਘਰੇ ਜਾ ਕੇ ਤੇਰੀ ਬੀਬੀ ਨੂੰ ਦੱਸ ਯਾਰ। ਬੀਬੀ ਨੂੰ ਨਾ ਦੱਸੀ, ਬੀਬੀ ਕੁੱਟੂਗੀ। ਫਿਰ ਕਾਹਨੂੰ ਛੇੜਦਾ ਆਪਣੇ ਫੁੱਫੜ ਨੂੰ? ਹੈ ਸੌ ਖਾ ਨਹੀਂ ਛੇੜਦਾ, ਸੌ ਸੌ ਨਹੀਂ ਖਾਂਦਾ ਮੈਂ ਤਾਂ ਇੱਦਾਂ ਹੀ ਛੇੜੂ। ਖੜੋ ਤੇਰੀ ਬੀਬੀ ਦਾ ਡੰਗ। ਖੜੋ ਆ ਮੇਰੇ ਪਿੱਛੇ ਪਿੱਛੇ ਖੜ ਜਾ। ਤਾਈ ਬਾਹਰ ਆ ਜਿੱਤੀ ਬੇ ਸ਼ੈਤੀ ਨੂੰ ਕੋਈ ਬਸ ਚੜ ਕੇ ਆ ਜਾ। ਹਾਂ ਬੋਲ, ਆਪਦੇ ਪੋਤੇ ਨੂੰ ਸਮਝਾ ਲੈ, ਰੋਜ਼ ਛੇੜਦਾ ਮੈਨੂੰ। ਕੀ ਕਹਿੰਦਾ ਇਹ? ਭਾਬੀ ਦਾ ਡਮਰੂ ਕਹਿੰਦਾ। ਹੋਰ ਨਾ ਹੋਰ, ਹੁਣ ਤੂੰ ਮਾਵਾਂ ਭੈਣ ਦੀਆਂ ਗਾਲਾਂ ਕਢਾਉਣੀਆਂ ਨੇ ਤੋਂ, ਮੈਂ ਤੁਹਾਨੂੰ ਕਿਸ ਦਿਨ ਤੈਨੂੰ ਮੈਂ ਦੱਸਤਾ? ਅੱਛਾ ਇੱਕ ਗੱਲ ਦੱਸ, ਹੁਣ ਤੂੰ ਆਇਆ ਕਿੱਥੋਂ ਹੈ? ਸ਼ਹਿਰ ਗਿਆ ਸੀ ਭਾਬੀ ਲਈ ਬਿਸਕੁਟ ਕਰਾਉਣ। ਆ ਝੋਲੇ 'ਚ ਕੀ ਹੈ? ਸੂਟ ਆ ਭਾਬੀ ਦਾ, ਨੱਥੇ ਦਰਜੀ ਤੋਂ ਲੈ ਕੇ ਆਇਆ। ਤੇ ਆ ਮੋਢੇ ਤੇ ਕਿਹਦਾ ਜਵਾਕ ਚੜਾਈ ਫਿਰਦਾ? ਭਾਬੀ ਦੇ ਯਾਰ, ਤੈਨੂੰ ਜਿਵੇਂ ਪਤਾ ਨਹੀਂ। ਹਾਂ ਜਵਾਕ ਭਾਬੀ ਦਾ, ਬਿਸਕੁਟ ਭਾਬੀ ਦੇ, ਸੂਟ ਭਾਬੀ ਦਾ, ਨਾ ਛੇੜ ਨਾ ਜਵਾਕ ਤੈਨੂੰ, ਹੋਰ ਤੈਨੂੰ ਮੱਥਾ ਟੇਕਣ। ਵੇ ਲੋਰ ਲਿਆ ਜਾ, ਕਦੇ ਆਪਣੇ ਬਾਰੇ ਵੀ ਸੋਚ ਲਿਆ ਕਰ, ਕਦੋਂ ਤੱਕ ਉਹਦਾ ਪਾਣੀ ਭਰਦਾ ਫਿਰੇਗਾ। ਆਹ ਚੱਕ ਗੋਲਾ, ਉਹ ਕਿਵੇਂ ਆ ਵੀ ਅਮਰੂ? ਆ ਐ ਲੱਗਦਾ ਜਿਵੇਂ ਸ਼ਹਿਰੋਂ ਆਇਆ। ਹਾਂ ਤਾਂ ਆ, ਆ ਪੀਪੇ ਚ ਭਾਬੀ ਲਈ ਬਿਸਕੁਟ ਲੈ ਕੇ ਆਇਆ। ਹਾਂ ਲਿਆ ਬਿਸਕੁਟ ਭਾਬੀ ਦੇ, ਆ ਜਵਾਕ ਵੀ ਭਾਬੀ ਦਾ, ਆ ਸੂਟ ਵੀ ਭਾਬੀ ਦਾ, ਤੂੰ ਵਿੱਚੋਂ ਡੋਕੇ ਲੈਣੇ ਨੇ। ਉਹ ਡੋਕਿਆਂ ਨੂੰ ਛੱਡ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ। ਜਦੋਂ ਜਵਾਨੀ ਲੰਘ ਗਈ ਤਾਂ ਫਿਰ ਕਿਸੇ ਨੇ ਨਹੀਂ ਪੁੱਛਣਾ, ਤਾਂ ਮੇਰੇ ਆਖੇ ਲੱਗ ਯੂਪੀ ਬਿਹਾਰ ਦੇ ਵਿੱਚੋਂ ਘੱਟੋ ਘੱਟ ਇੱਕ ਬਈਏ ਰਾਣੀ ਲਿਆ, ਤੇਰਾ ਘਰ ਦਾ ਵਸਦਾ ਹੋ ਜੂ। 40 ਸਾਲ ਪਹਿਲਾਂ ਜੇ ਤੂੰ ਸੋਚ ਲੈਂਦਾ ਇੱਥੇ ਬੈਠਾ ਭਾਬੀ ਨੇ ਕਿਹੜਾ ਹੁੰਦਾ, ਤੂੰ ਤੀ ਨਹੀਂ ਲੱਗਾ। ਹੋਰ ਨਾ ਸੁਣ ਲਈ ਤੂੰ ਮੇਰੇ ਤਾਂ ਕੁਛ। ਆ ਗਿਆ ਵੀਰੇ ਪੁੱਤ, ਸ਼ੁਕਰ ਹੈ। ਕੁੜੇ ਰੋਟੀ ਟੁੱਕ ਦੇ, ਇਹਨੂੰ ਭੁੱਖਾ ਹੋਣਾ ਸਵੇਰ ਦਾ ਗਿਆ। ਮੈਂ ਨਹੀਂ ਕੁਛ ਖਾਣਾ ਹੈਗਾ, ਬਥੇਰੀਆਂ ਚੂੜੀਆਂ ਖਵਾਤੀਆਂ ਪਿੰਡ ਦਿਆਂ ਨੇ ਮੈਨੂੰ। ਭਾਬੀ ਆ ਪਿਆ ਤੇਰੇ ਬਿਸਕੁਟ, ਆ ਪਿਆ ਤੇਰਾ ਸੂਟ, ਉਹ ਬੈਠਾ ਤੇਰਾ ਜਵਾਕ। ਬਾਈ ਆਪਦੀ ਜਨਾਨੀ ਦੇ ਕੰਮ ਆਪ ਕਰਿਆ ਕਰ, ਸਾਰਾ ਪਿੰਡ ਟਿਚਰਾ ਕਰਦਾ ਮੈਨੂੰ, ਭਾਬੀ ਦਾ ਡਮਰੂ ਕਹਿੰਦਾ। ਸ਼ੁਕਰ ਹੈ, ਪਿੰਡ ਦੀ ਕਈ ਗੱਲ ਤਾਂ ਖਾਨੇ 'ਚ ਪਈ ਨਾ ਤੁਹਾਡੇ। ਨਾ ਜਦੋਂ ਭਾਬੀ ਮਨ ਪਕਾ ਪਕਾ ਕੇ ਖਵਾਉਂਦੀ ਸਾਰੇ ਟੱਬਰ ਨੂੰ, ਉਹ ਨਹੀਂ ਦਿੰਦਾ ਸਾਰੇ ਪਿੰਡ ਨੂੰ। ਹੈ ਇੱਕ ਸੂਟ ਕੀ ਲਾਇਆ, ਭਾਬੀ ਦਾ ਡਮਰੂ ਬਣ ਗਿਆ। ਜੇ ਇੰਨਾ ਹੀ ਹੈ ਨਾ ਆਪਣੀ ਲਾਇਆ, ਦਿੰਦਾ ਤਾਂ ਹੈ ਨਹੀਂ ਕੋਈ ਤੈਨੂੰ।
ਗੱਲਾਂ ਮਾਰਦਾ ਫਿਰਦਾ ਵਗਿਆੜ ਗਿਆ। ਜਦੋਂ ਦੀ ਤੂੰ ਆਈ ਆ ਨਾ ਇਸ ਘਰ ਚ, ਕੋਈ ਆਪਣੀ ਧੀ ਦੇਣ ਨੂੰ ਤਿਆਰ ਨਹੀਂ ਆ। ਜਿਹੜਾ ਕੋਈ ਰਿਸ਼ਤਾ ਲੈ ਕੇ ਆਉਂਦਾ, ਪਤਾ ਨੀ ਅਗਲੇ ਦੇ ਕੰਨਾਂ ਚ ਕੀ ਫੂਕ ਮਾਰਦੀ ਆ, ਅੱਖਾਂ ਹੀ ਮੀਟ ਲੈਂਦੇ ਆ ਮੇਰੇ ਪੁੱਤ ਵੱਲੋਂ। ਨਾ ਬੇਬੇ, ਫੇਰ ਤੂੰ ਕਹੇਗੀ ਵੀ ਬੋਲਦਾ, ਕੰਨ ਚ ਫੂਕ ਮਾਰਨ ਨਾਲ ਅੱਖਾਂ ਕਿਵੇਂ ਬੰਦ ਹੋ ਜਾਂਦੀਆਂ? ਤੂੰ ਤਾਂ ਚੁੱਪ ਹੀ ਕਰ, ਰੰਨ ਦਾ ਮਰੀਦ ਨਾ ਹੋਵੇ। ਤੇ ਮਾਤਾ ਤੂੰ ਨਾ ਮੇਰੇ ਪਿੱਛੇ ਹੀ ਪਈ ਰਹਿੰਦੀ, ਹਰ ਵੇਲੇ ਪੇਸ਼ ਹੀ ਪਈ ਰਹਿੰਦੀ ਆ। ਨਾ ਮੈਂ ਕਦੋਂ ਭਾਨੀ ਮਾਰੀ ਹੈ ਦੱਸ ਖਾਂ, ਮੈਨੂੰ ਤਾਂ ਸਗੋਂ ਆਪ ਚਾਹ ਚੜ ਜਾਂਦਾ ਇਹਦੇ ਵਿਆਹ ਦਾ। ਤੂੰ ਤੂੰ ਹੀ ਨਹੀਂ ਹੋਣ ਦਿੰਦੀ ਇਹਦਾ ਵਿਆਹ, ਤੂੰ ਹੀ ਨਹੀਂ ਰਿਸ਼ਤਾ ਹੋਣ ਦਿੰਦੀ। ਜਦੋਂ ਕੋਈ ਰਿਸ਼ਤਾ ਆਵੇ ਨੰਨਾ ਪਾ ਕੇ ਬਹਿ ਜਾਂਦੀ ਆ। ਪਤਾ ਨੀ ਕਿਹੜੀ ਹੂਰ ਪਰੀ ਲੈ ਕੇ ਆਉਣੀ ਇਹਦੇ ਲਈ। ਹੂਰ ਪਰੀ ਲਿਆਵਾਂਗੇ, ਵੇਖੀ ਸਹੀ ਤੂੰ, ਤੇਰੀ ਇੱਕ ਤੇ ਦੀਵਾ ਬਾਲੂ ਮੈਂ। ਆਪਣਾ ਨਾ ਬੁਝਾ ਲਈ, ਤੂੰ ਤੇ ਇਹੋ ਚਾਹੁੰਦੀ ਆ ਰਾਤੋਂ ਦਿਨ ਨਾ ਚੜੇ ਤੇ ਮੇਰਾ ਦੀਵਾ ਬੁੱਝੇ, ਸਰਦਾਰ ਨਹੀਂ ਬਣ ਕੇ ਰਵੇ ਤੂੰ ਘਰ ਚ। ਰੋਟੀ ਮਹਾਰਾਣੀ, ਉਹ ਬਸ ਕਰੋ ਹੁਣ, ਰੋਟੀ ਖਾ ਲੈਂਦੋ ਸਾਨੂੰ। ਤੂੰ ਤਾਂ ਚੁੱਪ ਹੀ ਕਰ ਜਾ, ਚੁੱਪ ਕਰ ਜਾ ਤੇ ਫੜ ਲਾ। ਏ ਰੰਨਾ ਚੈਂਚਲ ਹਾਰੀਆਂ ਕੀ ਰੰਨਾ ਦਾ ਇਤਬਾਰ, ਇਹ ਜੋ ਜਨਾਨੀ ਨਾਂ ਦਾ ਜੀਵ ਹੈ ਨਾ ਅਮਰੂਆ, ਇਹਨੂੰ ਬਣਾ ਕੇ ਰੱਬ ਨੇ ਸਾਰੀ ਸ੍ਰਿਸ਼ਟੀ ਚੁੱਲ੍ਹੇ ਚ ਡਾਹਤੀ। ਪਹਿਲਾਂ ਬਣਾਈ ਰੱਬ ਨੇ ਸ੍ਰਿਸ਼ਟੀ, ਫੇਰ ਕੀਤਾ 10 ਦਿਨ ਆਰਾਮ, ਫੇਰ ਬਣਾਇਆ ਬੰਦਾ, ਫੇਰ 10 ਦਿਨ ਆਰਾਮ ਕੀਤਾ, ਫੇਰ ਰੱਬ ਨੇ ਕਰ ਲਈ ਗਲਤੀ ਜਨਾਨੀ ਬਣਾ ਕੇ, ਫੇਰ ਨਾ ਆਪ ਆਰਾਮ ਕੀਤਾ, ਨਾ ਬੰਦੇ ਨੇ ਆਰਾਮ ਕੀਤਾ, ਨਾ ਸ੍ਰਿਸ਼ਟੀ ਨੇ। ਪਰ ਜਨਾਨੀ ਆਪ ਬਹੁਤ ਖੁਸ਼ ਰਹਿੰਦੀ ਹੈ, ਤੂੰ ਪੁੱਛੇਗਾ ਕਿਉਂ, ਉਹਦੇ ਕਿਹੜਾ ਕੋਈ ਘਰ ਵਾਲੀ ਹੁੰਦੀ ਹੈ। ਨਾਲੇ ਭਾਈ ਜਨਾਨੀ ਨੂੰ ਤਾਂ ਵੱਡੇ ਵੱਡੇ ਜੱਬੀ ਤੱਬੀ ਨਹੀਂ ਪਾਰ ਪਾ ਸਕੇ, ਤੂੰ ਤਾਂ ਕਿਹੜੇ ਬਾਗ ਦਾ ਗੋਂਗਲੂ ਆ ਅਮਰੂਆ। 100 ਹੱਥ ਰੱਸਾ ਸਿਰੇ ਤੇ ਗੰਢ, ਇਹ ਮੈਥੋਂ ਲਿਖਾ ਕੇ ਲੈ ਲੈ, ਤੇਰੀ ਭਰਜਾਈ ਨੇ ਤੇਰਾ ਵਿਆਹ ਨਹੀਂ ਹੋਣ ਦੇਣਾ। ਅਗਲੀ ਨੂੰ ਮੁਫ਼ਤ ਦਾ ਨੌਕਰ ਜੋ ਟਕਰਿਆ ਹੋਇਆ, ਉੱਤੋਂ ਝੁੰਗੇ ਜੋ 2 ਕਿੱਲੇ ਪੈਲੀ ਹੈ, ਜੇ ਤੇਰੀ ਜਨਾਨੀ ਆ ਗਈ ਆ 2 ਵੀ ਪਾਲੂ। ਓ ਕੀ ਕਹਿੰਦਾ, ਕਿਆ ਉਹ ਕਰਾਈ ਪਈ ਆ ਨਾ ਹੱਥ, ਤੁਹਾਨੂੰ ਪਿੰਡ ਨੂੰ ਕੀ ਪਤਾ ਹੈ। ਉਹ ਹਿੱਲ ਦੇਣਾ ਭਰਾਵਾ, ਕੰਨ ਵੱਢਿਆ ਜਾਊ, ਦੇਖ ਲਾ ਦੁਨੀਆ ਦੇ ਹਾਲ, ਇਹ ਅਸਲੀ ਘਰ ਵਾਲਾ ਘਰ ਵਾਲੀ ਥੋੜ੍ਹੇ ਨੇ। ਉਹੀ ਤਾਂ ਮੈਂ ਸੋਚਦਾ, ਨਾ ਇਹਨਾਂ ਦੇ ਬੇਬੇ ਬਾਪੂ ਇਹਨਾਂ ਦੇ ਛਿੱਤਰ ਨਹੀਂ ਮਾਰਦੇ। ਉਹ ਛਿੱਤਰ ਕਿਉਂ ਮਾਰਨਗੇ, ਇਹ ਇਹਨਾਂ ਦਾ ਕੰਮ ਹੈ, ਪੈਸੇ ਮਿਲਦੇ ਇਹਨਾਂ ਨੂੰ। ਭਰਾਵਾ ਜਿਹੜੇ ਕੰਮ ਦੇ ਤੈਨੂੰ ਪੈਸੇ ਮਿਲਦੇ ਨੇ ਉਹ ਕੰਮ ਕਰ। ਉਹ ਚੰਗਾ ਬਹਿ ਜਾ ਟਿੱਕੇ ਆਰਾਮ ਨਾਲ ਯਾਰ, ਨਾ ਘੱਟ ਕੱਪੜੇ ਪਾਉਣ ਦੇ ਵੀ ਪੈਸੇ ਮਿਲਦੇ ਨੇ। ਉਹ ਯਾਰ ਤਾਂ ਕੁਛ ਵੀ ਨਹੀਂ, ਵੱਡੇ ਸ਼ਹਿਰਾਂ 'ਚ ਤਾਂ ਇਹੋ ਜਿਹਾ ਕੁਛ ਆਮ ਹੁੰਦਾ। ਮੈਂ ਜਦੋਂ ਦਿੱਲੀ ਗਿਆ ਨਾ ਉਸਤਰੇ ਤਿੱਖੇ ਕਰਾਉਣ, ਮੈਂ ਜਦੋਂ ਬੱਸ ਬੈਠਿਆ ਮੇਰੇ ਨਾਲ ਦੀ ਸੀਟ 'ਤੇ ਇੱਕ ਸੋਹਣੀ ਜਿਹੀ ਕੁੜੀ ਆ ਕੇ ਬਹਿ ਗਈ। ਮੈਂ ਡਰ ਗਿਆ, ਮੈਂ ਕਿਹਾ ਲੈ ਵੀ ਮਿੱਤਰਾ ਇਹ ਲਾਊ ਅੱਜ ਮੇਰੇ ਧਾਗਾ। ਅਮਰੂ, ਅਮਰੂ ਓਏ, ਉਹ ਅਮਰੂ ਉਹ ਕੀ ਇੱਥੇ ਬੈਠਾ ਲੋਕਾਂ ਦੇ ਵਾਲ ਗਿਣੀ ਜਾਣਾ, ਚੱਲ ਸ਼ਹਿਰ ਨੂੰ ਚੱਲੀਏ। ਸ਼ਹਿਰ ਕੀ, ਤੇਰੀ ਮੋਗੇ ਵਾਲੀ ਭੂਆ ਵਿਆਹੀ ਆ ਓਏ, ਰੋਜ਼ ਮੂੰਹ ਚੱਕ ਲੈਣਾ ਸ਼ਹਿਰ ਨੂੰ। ਵਿਆਹ ਏ ਮੇਰਾ, ਸਮਾਨ ਤਾਂ ਹੁਣ ਸ਼ਹਿਰੋਂ ਹੀ ਲਿਆਉਣਾ ਪਊਗਾ, ਖਰੇਤੀ ਦੀ ਦੁਕਾਨ ਤੋਂ ਮਿਲੂ। ਚੱਲ ਬਹਿ ਜਾ। ਉਹ ਜਾ ਵਗ ਜਾ, ਇੱਥੇ ਬਹਿ ਕੇ ਵੀ ਤਾਂ ਗਾਹਕੇ ਖਰਾਬ ਕਰਦਾ। ਅੱਗੇ ਬੜਾ ਸਲਮਾਨ ਖਾਂਦੀਆਂ ਕਟਕਾਂ ਕਰਦਾ ਤੂੰ, ਦੁਕਾਨ ਦਾ ਕਿਰਾਇਆ ਤਾਂ ਦਿੱਤਾ ਦਿੱਤਾ ਨਹੀਂ ਜਾਂਦਾ। ਚੰਗਾ ਖਰੇਤੀ, ਹਾਂ ਵੀ ਗੱਡੀ ਕੱਟ ਕਰਦੇ, ਧਿਆਨ ਨਾਲ ਚਲਾਈ। ਗਲਾਸ ਦੇਖ ਛਾਲਾ ਮਾਰਦਾ, ਛਾਲਾ ਮਾਰਦਾ, ਆ ਗਿਆ ਵਿਆਹ ਨੀ ਤੇਰੇ ਜਾਗਰ ਯਾਰ ਦਾ। ਲੈ ਵੀ ਅਮਰੂਆ, ਪੂਰਾ ਗਾਹ ਪਾਉਣਾ ਆਪਾਂ ਨੇ ਵਿਆਹ ਚ, ਨਾਲੇ ਰੂੜੀ ਮਾਰ ਕਾ ਨੀ ਅੰਗਰੇਜ਼ੀ, ਚੱਲੂ ਅੰਗਰੇਜ਼ੀ। ਉਹ ਤੂੰ ਅੰਗਰੇਜ਼ੀ ਬਾਅਦ ਚਲਾ ਲਈ, ਪਹਿਲਾਂ ਇਹਨੂੰ ਚੱਜਣਾ ਚਲਾ ਦੇ ਫੁੱਫੜ ਨੂੰ। ਵਾਹ ਓਏ ਅਮਰੂਆ, ਉਹ ਜੱਟਾਂ ਦਾ ਪੁੱਤ ਹੋ ਕੇ ਮਾੜੀਆਂ ਮੋਟੀਆਂ ਸੱਟਾਂ ਤੋਂ ਡਰੀ ਜਾਂਦਾ। ਕਿਉਂ, ਜੱਟਾਂ ਦੇ ਖੂਨ ਨਹੀਂ ਨਿਕਲਦਾ ਓਏ, ਜੱਟ ਦੇਗੀ ਲੋਹੇ ਦੇ ਬਣੇ ਹੁੰਦੇ ਨੇ। ਓਏ ਖੂਨ ਤਾਂ ਨਿਕਲਦਾ, ਜੱਟਾਂ ਦੇ ਪੁੱਤ ਪਰਵਾਹ ਨਹੀਂ ਕਰਦੇ ਹੁੰਦੇ, ਬੱਲੇ ਬੱਲੇ ਕਰਾ ਦਿੰਦੇ ਆ ਬੱਲੇ ਬੱਲੇ। ਉਹ ਬੱਲੇ ਬੱਲੇ ਦੇ ਲੱਗਦਾ, ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਣਾ, ਬਿੰਦਕ ਨੂੰ ਤੇਰਾ ਵਿਆਹ ਹੈ। ਉਹ ਮੇਰਾ ਵਿਆਹ ਤਾਂ ਹੋ ਹੀ ਜਾਣਾ, ਤੂੰ ਆਪਣੇ ਬਾਰੇ ਗੱਲ ਕਰ, ਕਹਿ ਭਾਬੀ ਨੂੰ ਅੱਖਾਂ 'ਚ ਸੁਰਮਾ ਪਾਉਣ ਵਾਸਤੇ। ਕੀ ਆ ਓਏ, ਅੱਗ ਲੱਗੀ ਆ, ਉਹ ਖੜ ਨਹੀਂ ਹੁੰਦਾ ਓਏ, ਦੇ ਦੇ ਤਾਂ ਸਾਈਡ। ਮੈਂ ਨਹੀਂ ਦਿੰਦਾ ਸਾਈਡ।
ਜਾਕੇ ਲੜੀ ਜੀ ਗੱਡੀ ਹੱਥ ਤੇ ਹੱਥ ਮਰ ਜਾਂਦਾ। ਇਹਨੇ ਤਾਂ ਸੋਰੀ ਦੇ ਨੇ ਰਾਹ ਹੀ ਰੋਕ ਲਿਆ। ਮੈਨੂੰ ਤਾਂ ਲੱਗਦਾ ਤੇਰਾ ਸਾਹ ਵੀ ਰੁਕੂ ਵੱਡੇ ਜੱਟ ਦਾ। ਜੱਟ ਦਾ ਮੂਡ ਹੋਇਆ ਤੇ ਸਾਈਡ ਦੋ ਉਹ ਪਤੰਦਰੋ, ਤੇ ਅੱਗੋਂ ਸਾਈਡ ਮੰਗਣ ਵਾਲਾ ਵੀ ਜੱਟ ਹੋਇਆ ਫੇਰ ਇਹ ਤਾਂ ਆਪਣਾ ਕੀਰਤ ਹੈ। ਇਹ ਤਾਂ ਬਾਈ ਵੈਸੇ ਫੁਕਰੀ ਚ ਲਿਖਾ ਲਿਆ ਸੀ। ਇਹ ਘੱਟ ਫੁਕਰਾ, ਕਿੰਨੀ ਦੇਰ ਬਾਅਦ ਤਾਂ ਪਿੰਡ ਗੇੜਾ ਮਾਰਿਆ ਨੇ। ਉਹ ਕਿਵੇਂ ਹੋ? ਅੱਜ ਤਾਂ ਦੋਹੇ ਦੱਬ ਲੈਣੇ ਸੀ ਗੱਲ ਨਾ ਕੁੱਟਦੀ, ਮੇਰਾ ਕਿਆ ਹੈ ਕੁੱਟ ਕੇ ਨਾ ਮਾਰਦੀ ਯਾਰ। ਉਹ ਕਦੇ ਨਹੀਂ ਮਰਦੇ, ਚਾਹ ਤਾਂ ਪਿਆ ਦੇ, ਗੱਲ ਨਾ ਕੁੱਟਦੀ, ਚਾਹ ਪਿਆ ਦੇ ਪਹਿਲਾਂ। ਚਲ ਨਜ਼ਾਰਿਆਂ ਦੀ ਗੱਲ ਸੁਣਾਉਣੀ ਕੀ, ਨਜ਼ਾਰਿਆਂ ਦੀ ਗੱਲ ਤੁਹਾਨੂੰ ਦਿਖਾਈ ਦਿੰਦਾ। ਆ ਚੱਕੋ ਫਿਰ, ਕਿਉਂ ਹੈ ਨਾ ਫਿਰ ਗੱਲਬਾਤ? ਉਹ ਤੇਰੀ ਇਹ ਫੋਨ ਇੱਕ ਕੁੜੀਆਂ ਦਾ ਕਾਲਜ ਆ ਓਏ। ਐਦਾਂ ਹੀ ਆ ਫਿਰ ਬਾਈ, ਇਹ ਸਾਰੀਆਂ ਤੈਨੂੰ ਜਾਣਦੀਆਂ ਨੇ? ਹੋਰ ਮਾਵਾਂ ਹੋਈਆਂ ਤੇ ਫੋਨ 'ਚ ਬੜੀਆਂ ਬੈਠੀਆਂ ਨੇ। ਉਹ ਐਵੇਂ ਗਲਤ ਨਾ ਸਮਝੋ, ਇਹ ਆਪਣੀਆਂ ਜਸਟ ਫਰੈਂਡਸ ਨੇ। ਹੋਰ ਅਮਰੂਆ, ਤੇਰੇ ਵਿਆਹ ਦਾ ਕੀ ਬਣਿਆ? ਗੰਜੀ ਦੇ ਕਰਮਾਂ 'ਚ ਕੰਘੀ ਕਿੱਥੇ ਵੀਰੇ, ਸਾਲੀ ਕੋਈ ਗੱਲ ਸਿਰੇ ਨਹੀਂ ਚੜ੍ਹਦੀ। ਤੂੰ ਵਿਆਹ ਬਾਰੇ ਕੀ ਸੋਚਿਆ ਬਾਈ? ਓਏ ਆਪਾਂ ਤਾਂ ਹਜੇ ਸੋਚਿਆ ਹੀ ਨਹੀਂ। ਉਹ ਵੱਡੀ ਗੱਡੀ, ਖੁੱਲ੍ਹਾ ਰੁਪਈਆ, ਚੰਗਾ ਬਿਜ਼ਨਸ, ਚੰਡੀਗੜ੍ਹ ਕੁੜੀਆਂ ਮਰਦੀਆਂ ਤੇਰੇ ਵੀਰ ਦੀ ਲੁੱਕ ਤੇ। ਓਏ ਤੁਹਾਡੇ ਵਿਆਹ ਦਾ ਤਾਂ ਮੈਨੂੰ ਪਤਾ ਨਹੀਂ, ਹੋਣਾ ਪਤਾ ਨਹੀਂ ਨਹੀਂ, ਮੇਰੇ ਵਿਆਹ ਦੇ ਟੈਂਟ ਦੀ ਦੁਕਾਨ ਨਾ ਬੰਦ ਕਰਵਾ ਦਿਓ। ਆਓ ਚੱਲੀਏ। ਕਿੰਨੇ ਪੈਸੇ ਹੋ ਗਏ ਬਾਈ? ਬਾਈ ਤੋਂ ਲੈ ਲਈ ਹੈ। ਆ ਲੈ ਲਈ ਸ਼ੇਰੀਏ ਤੂੰ। ਚੱਲ ਉਹ ਵੱਡੀ ਗੱਡੀ, ਖੁੱਲ੍ਹਾ ਰੁਪਈਆ, ਚੰਗਾ ਬਿਜ਼ਨਸ, ਚੰਡੀਗੜ੍ਹ ਕੁੜੀਆਂ ਮਰਦੀਆਂ ਤੇਰੇ ਵੀਰ ਦੀ ਲੁੱਕ ਤੇ। ਉਹ ਵੱਡੀ ਗੱਡੀ, ਖੁੱਲ੍ਹਾ ਰੁਪਈਆ, ਚੰਗਾ ਬਿਜ਼ਨਸ, ਚੰਡੀਗੜ੍ਹ ਕੁੜੀਆਂ ਮਰਦੀਆਂ ਤੇਰੇ ਵੀਰ ਦੀ ਲੁੱਕ ਤੇ। ਮੈਂ ਗੱਭਰੂ ਸ਼ਕੀਨ, ਮੇਰੀ ਵੱਖਰੀ ਏ ਟਾਰ, ਫੋਲੋ ਕਰਦੇ ਨੇ ਮੁੰਡੇ ਮੇਰਾ ਚੱਲਦਾ ਏ ਦਾਰ। ਮੈਂ ਗੱਭਰੂ ਸ਼ਕੀਨ, ਮੇਰੀ ਵੱਖਰੀ ਏ ਟਾਰ, ਫੋਲੋ ਕਰਦੇ ਨੇ ਮੁੰਡੇ ਮੇਰਾ ਚੱਲਦਾ ਏ ਦਾਰ। ਕੁੜੀਆਂ ਦੇ ਦਿਲ ਵਿੱਚ ਡੇਰਾ ਹੈ ਮੇਰਾ, ਮੈਨੂੰ ਹਰ ਕੁੜੀ ਕਹਿੰਦੀ ਮੈਂ ਤੇਰੀ ਤੂੰ ਮੇਰਾ, ਮੈਨੂੰ ਹਰ ਅੰਗਰੇਜ਼ੀ ਗਾਣੇ ਕਰਦੀ ਕੋਈ ਪ੍ਰਪੋਜ਼ ਬਈ, ਕੋਈ ਪਲੂਟੋ ਵਾਂਗੂ ਮੇਰੀ ਕਰਦੀ ਫਿਰਦੀ ਖੋਜ ਬਈ। ਲਾਲਾ ਕੇ ਅੰਗਰੇਜ਼ੀ ਗਾਣੇ ਕਰਦੀ ਕੋਈ ਪ੍ਰਪੋਜ਼ ਬਈ, ਕੋਈ ਪਲੂਟੋ ਵਾਂਗੂ ਮੇਰੀ ਕਰਦੀ ਫਿਰਦੀ ਖੋਜ ਬਈ। ਕਹਿਣੀ ਇੱਕ ਵਾਰੀ ਲਾ ਦੇ ਨਾਲ ਡਿਸਕੋ ਚ ਗੇੜਾ, ਮੈਨੂੰ ਹਰ ਕੁੜੀ ਕਹਿੰਦੀ ਮੈਂ ਤੇਰੀ ਤੂੰ ਮੇਰਾ, ਮੈਨੂੰ ਹਰ ਕੁੜੀ ਕਹਿੰਦੀ ਮੈਂ ਤੇਰੀ ਤੂੰ ਮੇਰਾ, ਹਰ ਕੁੜੀ ਕਹਿੰਦੀ ਮੈਂ ਤੇਰੀ ਤੂੰ ਮੇਰਾ, ਮੈਨੂੰ ਹਰ ਕੁੜੀ ਕਹਿੰਦੀ ਮੈਂ ਤੇਰੀ ਤੂੰ ਮੇਰਾ। ਅਮਰੂ, ਉਹ ਅਮਰੂ ਓਏ ਕਿੱਥੇ ਗੁਆਚਿਆ ਹੋਇਆ? ਮੇਲੋ ਕੁੜੇ, ਮੇਲੋ ਕੁੜੇ ਘਰੇ ਨਹੀਂ ਹੈ? ਨਹੀਂ, ਨਾਨਕੇ ਗਈ ਆ। ਆ ਤਾਂ ਬੈਠੀ ਆ, ਫੇ ਪੁੱਛਦੀ ਕਾਹਨੂੰ ਆ, ਲੰਘ ਜਾ। ਤੂੰ ਨਾ ਮਿੱਠਾ ਬੋਲੀ ਕਦੇ ਨਾ, ਮੈਂ ਤਾਂ ਮਿੱਠੇ ਵਾਲੀ ਚਾਹ ਨਾ ਪੀਵਾਂ। ਕੁੜੇ ਕਾਤੋਂ ਉਹਦੇ ਮੂੰਹ ਲੱਗਦੀ? ਨਹੀਂ, ਮੈਂ ਕਿੱਥੇ ਮੂੰਹ ਲੱਗਦੀ ਆ, ਆਪੇ ਵਿੱਚ ਵੱਜਦੀ ਫਿਰਦੀ ਆ। ਹਾਂ ਦੱਸ ਕੁੜੇ ਭੈਣੇ, ਚੰਗਾ ਹੋ ਗਿਆ ਤੁਸੀਂ ਦੋਵੇਂ ਮਿਲ ਗਏ।
ਮੈਂ ਤਾਂ ਰਿਸ਼ਤਾ ਲੈ ਕੇ ਆਈ ਹਾਂ ਅਮਰੂ ਲਈ, ਉਹ ਵੀ ਚੰਡੀਗੜ੍ਹ ਪੜ੍ਹਦੀ ਕੁੜੀ ਦਾ। ਸੱਚੀ ਤਾਈ? ਸਕੀ ਭਤੀਜੀ ਹੈ ਮੇਰੀ, ਸੋਹਣੀ ਵੀ ਰੱਜ ਕੇ ਜਿਵੇਂ ਹੱਥ ਲਾਈ ਮੈਲੀ ਹੋਵੇ। ਮੈਂ ਤਾਂ ਹੱਥ ਹੀ ਨਹੀਂ ਲਾਉਂਦਾ। ਨਾ ਹੋਰ ਸਹੁਰਿਆ, ਤੂੰ ਉਹਦੀ ਆਰਤੀ ਲਾਉਣੀ ਆ। ਤੂੰ ਜਦੋਂ ਆਰਤੀ ਲਾਉਣਾ ਨਾ, ਲਾਈ ਚੱਲ, ਚੁੱਪ ਹੀ ਕਰ ਜਾ, ਮੈਂ ਤੈਨੂੰ ਦੱਸਾਂ। ਤੂੰ ਦੱਸ, ਪਤਾ ਕੀ ਕਹਿੰਦੇ ਆ ਉਹ? ਕਹਿੰਦੇ ਸਾਨੂੰ ਤਾਂ ਮੁੰਡਾ ਸਾਊ ਚਾਹੀਦਾ, ਨਸ਼ਾ ਪੱਤਾ ਨਾ ਕਰਦਾ ਹੋਵੇ। ਮੈਂ ਕਿਹਾ ਵੀ ਹੈਗਾ ਇੱਕ ਮੇਰੀ ਨਿਗਾਹ 'ਚ, ਜੇ ਤੂੰ ਕਹੇ ਤਾਂ ਆਪਾਂ ਕੱਲ੍ਹ ਨੂੰ ਚੱਲਦੇ ਹਾਂ ਉਹਨਾਂ ਦੇ ਘਰੇ, ਹੋ ਸਕਦਾ ਗੱਲ ਹੀ ਬਣ ਜੇ। ਹਾਂ, ਪਰ ਇੱਕ ਗੱਲ ਦੱਸਾਂ, ਭੀੜ ਨਾ ਇਕੱਠੀ ਕਰੀ ਬਹੁਤੀ, ਸਮਝੀ? ਜਮਾ ਸਮਝ ਗਈ। ਹਾਂ ਸਮਝ ਗਏ ਤਾਈ। ਸ਼ਾਬਾਸ਼ ਦਿਓਰਾ, ਸ਼ਾਬਾਸ਼ ਤੇਰੇ, ਹੈ ਸਾਈਆਂ ਭਾਬੀ ਨਾ, ਤੇ ਵਧਾਈਆਂ ਮੰਗੋ ਤਾਈ ਨਾ। ਉਹ ਤਾਂ ਤਾਈ ਕਹਿੰਦੀ ਸੀ ਕਿ ਬਾਲੀ ਭੀੜ ਨਾ ਇਕੱਠੀ ਕਰਿਓ। ਫਿੱਟੇ ਮੂੰਹ ਤੇਰੇ, ਵੇ ਮੈਨੂੰ ਤਾਂ ਪਾਤੀ ਅੱਜ ਹੀ ਸ਼ਾਂਪ, ਵੇ ਮੈਂ ਤਾਂ ਆਂਢ ਗੁਆਂਢ ਦੀ ਭੀੜ ਨੂੰ ਕਹਿੰਦੀ ਸੀ। ਭਾਬੀ ਤਾਂ ਤੇਰੀ ਸਕੀ ਹੈ, ਇਹਦਾ ਤਾਂ ਹੱਕ ਹੀ ਬਣਦਾ। ਨਾਲੇ ਕੱਲ੍ਹ ਨੂੰ ਉੱਥੇ ਜਾ ਕੇ ਨਾ ਕਮਲ ਜਾ ਘੋਟੀ ਜਾਈ, ਘਮਰੂ ਜਾ ਨਾ ਹੋਵੇ ਤਾਂ। ਹੋ ਜਾਓ ਤੁਸੀਂ ਵੀ ਦੋਵੇਂ ਜਣੇ ਤਿਆਰ। ਨੀਤੋ ਵੱਟ ਲੈ ਤਿਆਰ। ਖਬਰਦਾਰ ਜੀ, ਮੇਰੇ ਪੁੱਛੇ ਬਿਨਾਂ ਤੇ ਕਿਸੇ ਨੂੰ ਤੂੰ ਹੱਥ ਮੇਰੇ ਘਰ ਮੇਰੇ ਦਾ ਤੇ ਪਟਕਾ ਨਾ ਢੇਲਾ ਕਰ ਲਈ। ਸੱਚਿਆ ਪਾਸ਼ਾ ਵੀ ਅਮਰੂ, ਇੱਕ ਹਾਸੇ ਵਾਲਾ ਰਿਸ਼ਤਾ ਤੇ ਕਰਾਈ ਗਿਆ। ਆਏ ਹਾਏ, ਇੱਥੇ ਸੋਟੇ ਨੂੰ ਗੱਲ ਸੁਣ, ਮੇਰੀ ਕੰਨ ਖੋਲ ਕੇ ਜਾਂਦੇ ਕੁੜੀ ਦੇਖਦੇ ਹਾਂ ਨਾ ਕਰਦੀ, ਪਹਿਲਾਂ ਮੈਨੂੰ ਦੇਖਣ ਪਰਖਦੇ, ਮੁੰਡਿਆਂ ਨਾਲ ਕਾਲਜ ਪੜ੍ਹਦੀ, ਪਤਾ ਨਹੀਂ ਕਿੱਦਾਂ ਦੀ ਹੋਣੀ ਆ, ਸਮਝਿਆ? ਹਾਂ ਤਰਪੋ, ਹੁਣ ਕੀ ਉਹਦੇ ਕੰਨ 'ਚ ਫੂਕਾ ਮਾਰੀ ਜਾਂਦੇ। ਬੇਬੇ ਮੈਂ ਕਹਿੰਦਾ ਕਿ ਉਹ ਵੇ, ਤੂੰ ਤੇ ਚੋਪੀ ਕਰ, ਵੇਖ ਲੈਣਿਆ ਵੇਖ ਲੈਣਿਆ, ਇਹਦੇ ਨਾਲ ਤਾਂ ਬੋਲ ਹੀ ਪੈਂਦਾ। ਚਲੋ ਤੁਰੋ ਮੱਗੋ, ਡੀਸੀ ਹੋਣੀ, ਚਲੋ ਬੈਠੋ ਗਾਂ ਹੋਵੋ। ਮੱਗੋ ਵੱਡੀ ਡੀਸੀ ਲੱਗੀ, ਚਲੋ ਗਾਂ ਉਧਰ ਬੈਠ। ਆਏ ਹਾਏ, ਚੱਲ ਇੱਧਰ ਹੀ ਬਹਿ ਜਾ, ਲੋਲਾ ਆ ਜਿਆ, ਹੌਲੀ ਚਲਾਏ ਵੇ ਭਾ। ਭਾਬੀ ਉਧਰ ਨੂੰ ਜਾ, ਥੋੜਾ ਜਾ ਬ੍ਰੇਕ ਨਾ ਲਾਵੀਂ, ਮੈਨੂੰ ਡੋਬੂ ਪੈਣ ਲੱਗ ਪੈਂਦੇ। ਭੀੜ ਦੇਖ ਕੇ ਲਾ ਰਹੀ ਬ੍ਰੇਕ, ਪੈ ਲੈਂਦੇ ਨੀ ਡੋਬੂ। ਪਾਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ, ਫਿਰ ਕਰਦੇ ਆ ਮੂੰਹ ਮਿੱਠਾ। ਗਗਨ ਆ ਜਾ ਬੇਟਾ, ਦੇਖ ਲਾ ਸੋਹਣੀ ਹੈਗੀ। ਮੇਰੇ ਵੱਲੋਂ ਹਾਂ ਹੈ ਜੀ, ਹਾਂ ਹਾਂ। ਓ ਇਦਾਂ ਕਿਦਾਂ ਹਾਂ ਕਰਦੀ, ਬਹਿ ਜਾ। ਅਸਲ 'ਚ ਜੀ, ਇਹਨੇ ਪਹਿਲਾਂ ਕਹਿਤਾ ਸੀ ਵੀ ਮੇਰੇ ਕੋਲ ਟਾਈਮ ਘੱਟ ਹੈ, ਇਹਨੇ ਕਿਸੇ ਖਾਸ ਕੰਮ ਲਈ ਸ਼ਹਿਰ ਜਾਣਾ, ਇਸ ਕਰਕੇ ਸਿੱਧੀ ਜਿਹੀ ਗੱਲ ਕਹਿਤੀ। ਜਿਹੜੇ ਬੰਦੇ ਕੋਲ ਆਪਣੀ ਲਾਈਫ ਦਾ ਐਡਾ ਵੱਡਾ ਫੈਸਲਾ ਲੈਣ ਦਾ ਟਾਈਮ ਨਹੀਂ, ਉਹ ਕੱਲ੍ਹ ਨੂੰ ਮੇਰੇ ਨਾਲ ਲਾਈਫ ਕਿਵੇਂ ਬਿਤਾਏਗਾ? ਭੂਆ ਜੀ, ਮੈਂ ਨਾ ਤਾਂ ਕੁਝ ਸਵਾਲ ਪੁੱਛਣਾ ਚਾਹੁੰਦੀ ਹਾਂ। ਪੁੱਛ ਪੁੱਛ ਪੁੱਤ, ਅਸੀਂ ਪੁਰਾਣੇ ਰਿਵਾਜ ਦੇ ਨਹੀਂ ਆ, ਪੁੱਛ ਲੈ। ਹਾਂ ਧੀਏ, ਪੁੱਛ ਲੈ। ਫਾਇਦਾ ਵੇ, ਕੀ ਕੰਮ ਜਾਣਾ ਸੀ ਤੁਸੀਂ? ਕੰਮ ਨੂੰ ਕੀ, ਮੈਂ ਗੰਨੇ ਦੀ ਪਰਚੀ ਕਟਾਉਣ ਜਾਣਾ ਜੀ। ਉਹ ਤਾਂ ਤਾਈ ਐਵੇਂ ਭਕਾਈ ਮਾਰੀ ਜਾਂਦੀ ਹੈ। ਅੱਛਾ ਇਹ ਦੱਸੋ, ਤੁਸੀਂ ਵਿਆਹ ਲਈ ਇੰਨੀ ਛੇਤੀ ਹਾਂ ਕਿਵੇਂ ਕਰਤੀ? ਉਹ ਤਾਂ ਜਦੋਂ ਦਾ ਤਾਈ ਨੇ ਮੈਨੂੰ ਦੱਸਿਆ ਸੀ ਨਾ ਕਿ ਤੁਸੀਂ ਚੰਡੀਗੜ੍ਹ ਪੜ੍ਹਦੇ ਹੋ, ਹਾਂ ਤਾਂ ਮੇਰੀ ਉਦੋਂ ਹੀ ਨਿਕਲ ਗਈ ਸੀ। ਤੁਸੀਂ ਆਪ ਕਿੰਨਾ ਪੜ੍ਹੇ ਹੋ? ਮੈਂ ਤਾਂ ਬਹੁਤ ਪੜ੍ਹਿਆ ਜੀ, ਮੈਂ ਚੌਥੀ ਤੱਕ ਪੜ੍ਹਿਆ, ਰਾਤ ਦੇ 12-12 ਵਜੇ ਤੱਕ ਪੜ੍ਹਦਾ ਰਹਿੰਦਾ ਹੁੰਦਾ ਸੀ ਮੈਂ। ਪੜ੍ਹਿਆ ਜੀ, ਉਹ ਤਾਂ ਸੁੱਖ ਨਾਲ ਸਾਡੇ ਪਾਪਾ ਜੀ ਦੀ ਕੈਂ ਬੋਲ ਗਈ ਸੀ ਤਾਂ। ਕੈਂ? ਤੂੰ ਤਾਂ ਚੁੱਪ ਹੀ ਕਰ ਜਾ। ਉਹ ਜੀ, ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ, ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ, ਪੜ੍ਹਾਈ ਛੱਡਣੀ ਪੈ ਗਈ। ਪੜ੍ਹਨ ਨੂੰ ਤਾਂ ਬਹੁਤ ਹੁਸ਼ਿਆਰ ਸੀ। ਤੁਸੀਂ ਕੁਛ ਹੋਰ ਪੁੱਛਣਾ ਤਾਂ ਪੁੱਛ ਲਓ। ਨਹੀਂ ਜੀ, ਡਿਸੀਜਨ ਲੈ ਲਈਏ ਨਾ, ਕਾਫੀ ਹੈ। ਕੀ ਲੈਣ ਲਈ? ਫੈਸਲਾ। ਮਤਲਬ ਤੁਸੀਂ ਵਿਆਹ ਲਈ ਰਾਜ਼ੀ ਹੋ? ਹਾਂਜੀ ਰਾਜ਼ੀ ਹਾਂ। ਚੱਕੋ 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 ਪਰ ਮਿਸਟਰ ਤੁਹਾਡੇ ਨਾਲ ਲਈ। ਭੂਆ ਜੀ, ਮੈਂ ਵਿਆਹ ਕਰਾਉਣਾ ਹੈ, ਪਰ ਇਹੋ ਜਿਹੀ ਅਨਪੜ੍ਹ ਤੇ ਦੇਸੀ ਨਾਲ ਨਹੀਂ। ਕੱਲ੍ਹ ਨੂੰ ਮੈਂ ਕਿਤੇ ਜੌਬ 'ਤੇ ਜਾਣਾ, ਇਹਨੂੰ ਤਾਂ ਮੈਂ ਘਰੇ ਵੀ ਨਹੀਂ ਛੱਡ ਕੇ ਜਾ ਸਕਦੀ। ਪਲੀਜ਼ ਤੁਸੀਂ ਮੈਨੂੰ ਮਾਫ਼ ਕਰੋ, ਅਤੇ ਇਹਦੇ ਲਈ ਕੋਈ ਗੋਹਾ ਕੂੜਾ ਚੱਕਣ ਵਾਲੀ ਲੱਭੋ। ਰੰਨਾ ਵਾਲਿਆਂ ਤੇ ਪੱਕਣ ਪਰੌਂਠੇ ਬਈ,
ਚੜਿਆ ਦੀ ਅੱਗ ਨਾ ਬਲੇ। ਨਾ ਹੁਣ ਤੂੰ ਦੱਸ ਪੰਤੀ, ਜੇ ਮੈਂ ਹੁਣ ਪੜ੍ਹਿਆ ਲਿਖਿਆ ਨੀ ਤਾਂ ਇਹਦੇ ਚ ਮੇਰਾ ਕੋਈ ਕਸੂਰ ਹੈ? ਨਹੀਂ ਕਸੂਰ ਤਾਂ ਉਦੋਂ ਹੀ ਆ ਵਿਚਾਰੀ ਦਾ ਜਿਹੜੀ ਆਪ ਪੜ੍ਹ ਲੇਗੀ। ਮੈਨੂੰ ਕਹਿੰਦੀ ਤੂੰ ਦੇਸੀ ਆ, ਤੈਨੂੰ ਕੁਛ ਨੀ ਪਤਾ ਨਾ। ਹੁਣ ਵਿਆਹ ਚ ਚਾਰ ਲਾਵਾਂ ਹੀ ਲੈਣੀਆਂ ਹੁੰਦੀਆਂ ਨੇ, ਹੋਰ ਉੱਥੇ ਮਨੀਮੀ ਕਰਨੀ ਆ? ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ, ਇਹਦੇ ਮਨ ਦੀਆਂ ਨੀ ਕੋਈ ਸਮਝ ਸਕਿਆ। ਇਹਦਾ ਪਤਾ ਨੀ ਕਿਹਨੂੰ ਕਿਹੜੇ ਵੇਲੇ ਹਾਂ ਕਰਦੇ ਤੇ ਕਿਹਨੂੰ ਕਿਹੜੇ ਵੇਲੇ ਨਾ ਕਰਦੇ। ਇਸੇ ਕਰਕੇ ਇਸ ਚੱਕਰ ਚ ਮੈਂ ਨੀ ਪਿਆ, ਨਹੀਂ ਮੇਰੇ ਮਗਰ ਥੋੜੀਆਂ ਦੀ ਕੋਈ ਭੰਤੀ ਭੰਤੀ ਕਰਦੀਆਂ ਫਿਰਦੀਆਂ। ਮੈਂ ਤਾਂ ਆਪ ਤੈਨੂੰ ਇਹੀ ਸਲਾਹ ਦਿੰਦਾ ਵੀ ਆਹ ਵਿਆਹ ਬੂਹ ਵਾਲੇ ਚੱਕਰ ਚ ਪੈਣੋਂ ਰਹਿਣ ਦੇ। ਜਿਹੜੇ ਚਾਰ ਛਿੱਲੜ ਨੇ ਤੇਰੇ ਕੋਲੇ, ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ ਘਰੇ ਰੱਖਣ ਵਾਸਤੇ। ਨਾ ਹੋਰ ਮੱਝ ਸਕੂਲ ਭੇਜੀ ਦੀ ਹੈ, ਉਹ ਮੇਰੀ ਰੋਟੀ ਏ ਸੜਾਤੀ ਦੀ। ਹੋਰ ਸਭ ਸੁੱਖ ਸਾਂਦ ਹੈ ਜੀ? ਤੁਸੀਂ ਸੁੱਖ ਸਾਂਦ ਨੂੰ ਛੱਡੋ, ਕੁੜੀ ਨੂੰ ਬੁਲਾਓ, ਮੈਂ ਕੰਮ ਜਾਣਾ। ਵੈਸੇ ਕਾਕਾ ਜੀ ਕੰਮ ਕੀ ਆਪਣਾ? ਆਪਣਾ ਆਪਣੇ ਨੂੰ ਤੁਸੀਂ ਮੇਰੇ ਨਾਲ ਹਿੱਸਾ ਪਾਇਆ ਜਾਂ ਤੁਸੀਂ ਮੈਨੂੰ ਲੋਨ ਦਿੱਤਾ? ਮੇਰਾ ਮੇਰਾ ਕੰਮ ਹੈ, ਮੇਰਾ ਆਪਣਾ। ਮਸੀਂ ਕੰਮ ਸ਼ੁਰੂ ਕੀਤਾ ਅਗੇ ਆਪਣਾ। ਵੈਸੇ ਬੇਟਾ ਜੀ ਇਹਨਾਂ ਨੇ ਤਾਂ ਸਵੈਕੀ ਪੁੱਛ ਲਿਆ ਤੁਹਾਨੂੰ ਵੀ ਤੁਸੀਂ ਕੀ ਕੰਮ ਚਲਾਇਆ ਹੋਇਆ। ਐਕਚੁਲੀ ਆਂਟੀ ਅਜੇ ਕੰਮ ਚਲਾਇਆ ਨਹੀਂ, ਕੰਮ ਚਲਾਉਣਾ ਕੀ ਹੈ ਉਹਦੇ ਵਾਸਤੇ ਮੀਟਿੰਗਸ ਚੱਲ ਰਹੀਆਂ ਨੇ। ਕਿਉਂ ਮਾਂ? ਅਸਲ ਚ ਭੈਣ ਜੀ ਮੀਟਿੰਗਾਂ ਇੰਨੀਆਂ ਹੁੰਦੀਆਂ ਨਾ ਸਵੇਰੇ ਸ਼ਾਮ, ਵਿਚਾਰੇ ਨੂੰ ਕੰਮ ਕਰਨ ਦਾ ਤਾਂ ਵਿਹਲ ਹੀ ਨਹੀਂ ਮਿਲਿਆ ਅਜੇ। ਤੁਸੀਂ ਜੱਪੜੀਆਂ ਨਾ ਮਾਰੋ, ਕੁੜੀ ਨੂੰ ਬੁਲਾਓ, ਮੈਨੂੰ ਹੋਰ ਵੀ ਬਹੁਤ ਕੰਮ ਨੇ। ਸਤਿ ਸ਼੍ਰੀ ਅਕਾਲ ਜੀ। ਲਓ ਜੀ ਪਹਿਲਾਂ ਚਾਹ ਪੀਓ। ਚਾਹ ਚੂ ਨੂੰ ਛੱਡੋ, ਆਪਣੀ ਕੰਮ ਵਾਲੀ ਨੂੰ ਕਹੋ ਕਿ ਕੁੜੀ ਨੂੰ ਲੈ ਕੇ ਆਵੇ। ਪੁੱਤ ਕੰਮ ਵਾਲੀ ਨੀ, ਇਹੀ ਤਾਂ ਕੁੜੀ ਹੈ। ਹੈ? ਇਹ ਕੁੜੀ ਹੈ? ਹਾਂ। ਮੇਰੇ ਵੱਲੋਂ ਨਾ ਹੈ, ਨਾ ਹੈ ਜੀ ਨਾ। ਮੇਰੇ ਵਰਗੇ ਮਾਡਰਨ ਮੁੰਡੇ ਨੂੰ ਤੁਸੀਂ ਆਹ ਦਿਖਾਉਣ ਲਿਆਏ ਹੋ? ਓਹੋ, ਐਦਾਂ ਕਿੱਦਾਂ ਨਾ ਹੈ, ਚੱਲ ਤੂੰ ਬੈਠ। ਨੋ ਭਾਬੀ, ਪੁੱਤ ਤੂੰ ਕੱਪੜਾ ਤੇ ਨਾ ਜਾ, ਮੁੰਜ ਕੁੜੀ ਹੈ ਬੜੀ ਮਾਡਰਨ। ਲੈ ਮਾਡਰਨ ਨੂੰ ਆਂਟੀ ਇਹ ਪਰੌਂਠੇ ਦਾ ਪੀਜ਼ਾ ਬਣਾ ਲੈਂਦੀ ਹੈ, ਬਹੁਤ ਟਾਈਮ ਵੇਸਟ ਹੋ ਰਿਹਾ ਯਾਰ। ਆਂਟੀ ਮੈਂ ਤਾਂ ਕੁਛ ਸਵਾਲ ਪੁੱਛਣਾ ਚਾਹੁੰਦਾ। ਹਾਂ ਹਾਂ ਪੁੱਛੋ ਜੀ ਪੁੱਛੋ, ਅਸੀਂ ਕਿਹੜਾ ਪੁਰਾਣੇ ਖਿਆਲਾਂ ਦੇ ਆ। ਬਾਈ ਦੇ ਵੇ ਤੁਹਾਨੂੰ ਲੈਪਟਾਪ ਚਲਾਉਣਾ ਆਉਂਦਾ? ਮੈਂ ਕਿਹਾ ਸੀ ਜੀ ਬੇਬੇ ਬਾਪੂ ਨੂੰ ਕਿ ਮੈਨੂੰ ਸਿਖਾ ਦਿਓ, ਕਹਿੰਦੇ ਸ਼ਹਿਰ ਦੇ ਵਿੱਚ ਭੀੜ ਭੜੱਕਾ ਬੜਾ ਹੁੰਦਾ, ਐਵੇਂ ਕਿਸੇ ਦੇ ਵਿੱਚ ਮਾਰੇਂਗੀ। ਤੂੰ ਰਹਿਣ ਹੀ ਦੇ। ਮੈਂ ਲੈਪਟਾਪ ਬਾਰੇ ਪੁੱਛਿਆ, ਟਰਾਲਾ ਨਹੀਂ, ਤੁਹਾਨੂੰ ਆਉਂਦਾ ਕੀ ਹੈ? ਇਸ ਟਾਈਮ ਦਾ ਜੀ ਚੱਕਰ ਆ ਰਿਹਾ। ਹਾਏ ਮਾਂ ਮਰਚੇ, ਇਹਨੂੰ ਵਿਆਹ ਤੋਂ ਪਹਿਲਾਂ ਚੱਕਰ ਆਉਣ ਲੱਗ ਪਏ। ਬੇਬੇ ਤੂੰ ਤਾਂ ਚੁੱਪ ਹੀ ਕਰ ਜਾ। ਉਂਝ ਪੁੱਤ ਕੁੜੀ ਹੈ ਬੜੀ ਕਾਮੀ, ਦਸ ਦਸ ਮੱਝਾਂ ਦਾ ਗੋਹਾ ਕਲੀਓ ਚੱਕ ਲੈਂਦੀ ਆ। ਆਏ ਹਾਏ ਛੀ 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 ਛੀ, ਇਹ ਗੋਹਾ ਵੀ ਚੱਕਦੀ ਐ। ਉਹ ਤਾਈ ਸਾਨੂੰ ਇਹੋ ਜਿਹੇ ਪਰਿਵਾਰ ਦਾ ਰਿਸ਼ਤਾ ਕਰਾਉਣ ਲੱਗੀ ਸੀ। ਸਰਦਾਰ ਜੀ ਸਾਡੀਆਂ ਤਾਂ ਮੱਝਾਂ ਵੀ ਇੰਨੀਆਂ ਮਾਡਰਨ ਨੇ ਕਿ ਅੰਗਰੇਜ਼ੀ ਸੀਟ ਤੋਂ ਬਿਨਾਂ ਗੋਹਾ ਨਹੀਂ ਕਰਦੀਆਂ, ਤੇ ਜੇ ਕਿਸੇ ਨੂੰ ਮੱਲੇ 'ਚ ਪਾਥੀਆਂ ਚਾਹੀਦੀਆਂ ਹੋਣ ਨਾ ਤੇ ਸਾਡੇ ਘਰ ਦਾ ਆ ਕੇ ਗਟਰ ਦਾ ਢੱਕਣ ਚੁੱਕਦਾ ਤੇ ਟੋਕਰਾ ਭਰ ਕੇ ਲੈ ਜਾਂਦਾ। ਹਾਂ ਇੰਗਲੈਂਡ ਤੋਂ ਲੈ ਕੇ ਆਏ ਸੀ ਇਹਨਾਂ ਦੇ ਪਾਪਾ ਜੀ ਮੱਝਾਂ, ਕਿ ਹੋਣ ਤੋਂ ਪਹਿਲਾਂ। ਭੈਣ ਜੀ ਕੁਝ ਜ਼ਿਆਦਾ ਨਹੀਂ ਹੋ ਗਿਆ? ਤੁਹਾਨੂੰ ਤੇ ਲੱਗਣਾ ਹੀ ਹੈ ਜ਼ਿਆਦਾ, ਖੁੱਲੇ 'ਚ ਸ਼ੌਚ ਜਾਣ ਵਾਲੇ। ਐਦਾਂ ਨਾ ਕਹੋ, ਸਾਡਾ ਕੌਨਫੀਡੈਂਸ ਜਮਾ ਖਤਮ ਹੋ ਜਾਣਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕੌਨਫੀਡੈਂਸ ਚੱਕੀ ਕਿਹੜੀ ਗੱਲ ਦਾ ਫਿਰਦੇ ਹੋ। ਪੁੱਤ ਇਹਦਾ ਮਤਲਬ ਤੇਰੀ ਨਾਂ ਹੈ? ਨਾ ਮੇਰੇ ਵੱਲੋਂ ਵਾਰਨਿੰਗ ਹੈ, ਖਬਰਦਾਰ ਆਂਟੀ ਜੇ ਅੱਜ ਤੋਂ ਬਾਅਦ ਇੱਦਾਂ ਦੀ ਕਿਸੇ ਦੇਸੀ ਕੁੜੀ ਦਾ ਰਿਸ਼ਤਾ ਲੈ ਕੇ ਆਉਂਦਾ ਮੇਰੇ ਲਈ। ਮੈਂ ਚੱਲਿਆ, ਤੁਸੀਂ ਹੋਰ ਬੇਇੱਜ਼ਤੀ ਕਰਨੀ ਹੈ ਤਾਂ ਕਰ ਲਓ। ਵੈਸੇ ਕਸਰ ਤਾਂ ਸੀ ਕੋਈ ਨਹੀਂ। ਹੈਲੋ ਹੈਲੋ ਹੈਲੋ, ਆ ਲੈ ਫੜ ਰੋਟੀ ਚੋਪੜ ਦਾ। ਕਿਉਂ ਨਾ? ਨਹੀਂ ਗਰੀਸ ਨਾਲ। ਬੇਬੇ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਨਖਰੇ ਮਾਰਨੀ, ਬਥੇਰਾ ਕੁਛ ਵੇਖਦੀਆਂ ਅਗਲੀਆਂ ਮੁੰਡੇ 'ਚ।
ਆਪਾਂ ਕਿੰਨੀ ਥਾਈ ਗੱਲ ਚਲਾਈ, ਬਣਿਆ ਕਦੇ ਕੁਛ? ਜੇ ਤੂੰ ਠੰਡੇ ਮਤੇ ਨਾਲ ਸਾਡੀ ਗੱਲ ਸੁਣ ਲਿਆ ਨਾ ਤਾਂ ਮੀਤੋ ਦੀ ਨਜ਼ਰ 'ਚ ਹੈਗੀ ਆ ਕੁੜੀ, ਬਹੁਤ ਸੋਹਣੀ ਤੇ ਸਿੱਧੀ ਸਾਦੀ ਆ ਵਿਚਾਰੀ। ਜਿਹਦੀ ਆਪਦੀ ਨਿਗਾਹ ਟੇਢੀ ਆ ਕੁੜੀ ਸਵਾਹ ਸਿੱਧੀ ਲੱਭੂਗੀ। ਇੱਕ ਤਾਂ ਮੈਂ ਤੇਰੇ ਪੁੱਤ ਦਾ ਘਰ ਵਸਾਂ ਵਾਂ, ਉੱਤੋਂ ਤੇਰੀਆਂ ਗੱਲਾਂ ਸੁਣਾ। ਤੂੰ ਰਹਿਣ ਦੇ ਜੀ, ਕੋਈ ਲੋੜ ਨਹੀਂ ਗੱਲ ਕਰਨ ਦੀ, ਸਾਡੀ ਕੰਮਾਂ ਨੂੰ ਰਿਸ਼ਤਿਆਂ ਦਾ ਘਾਟਾ ਨਹੀਂ। ਕੰਮੋ ਤੇਰੇ ਮਾਮੇ ਦੀ ਧੀ? ਹਾਏ, ਨੀ ਜਿਹਨੂੰ ਸਾਲ ਪਿੱਛੋਂ ਉਹਦੇ ਸਹੁਰਿਆਂ ਨੇ ਛੱਡਤਾ ਸੀ। ਨੀ ਪਟਮੇਲੀ ਪੈਣੀ ਆ ਤੇਰਾ ਬੇੜਾ ਬਹਿ ਜਾ ਇਹੋ ਜੀ ਦਾ। ਹਾਏ ਮਾਂ, ਮਰ ਜੇ ਮੇਰੇ ਪੁੱਤ ਜੋਗੀਆਂ, ਹੁਣ ਛੁੱਟਣਾ ਤੇ ਦਵਾਜਣਾ ਹੀ ਰਹਿ ਗਿਆ। ਓ ਬੇਬੇ, ਮੈਨੂੰ ਸਾਰੀ ਕਹਾਣੀ ਦਾ ਪਤਾ, ਉਹ ਕੁੜੀ ਵਿਚਾਰੀ ਦਾ ਕੋਈ ਕਸੂਰ ਨਹੀਂ, ਉਹ ਤਾਂ ਸਹੁਰੇ ਮਾੜੇ ਟੱਕਰ ਗਏ ਸੀ ਉਹਨੂੰ, ਰੋਜ਼ ਤੰਗ ਕਰਦੇ ਸੀ ਦਾਜ ਬਦਲੇ, ਹਾਰ ਕੇ ਕੁੜੀ ਆਪ ਛੱਡ ਕੇ ਆਈ ਉਹਨਾਂ ਨੂੰ। ਜੇ ਤੂੰ ਸਾਡੀ ਗੱਲ ਮੰਨ ਜੇ ਨਾ ਤਾਂ ਕੁੜੀ ਬਹੁਤ ਚੰਗੀ ਆ, ਕੁੜੀ ਹੱਥੋਂ ਕੱਢਣ ਵਾਲੀ ਨਹੀਂ, ਮੈਂ ਆਪ ਵੇਖੀ ਹੋਈ ਆ। ਇਹਨੂੰ ਵੀ ਤਾਂ ਤੂੰ ਹੀ ਵੇਖਣ ਗਿਆ ਸਾ, ਸ਼ਕਲ ਤੋਂ ਬਿਨਾਂ ਹੈ ਕੀ ਇਹਦੇ 'ਚ? ਮੇਰੇ 'ਚ ਸ਼ਕਲ ਤਾਂ ਹੈਗੀ ਆ ਨਾ, ਤੇਰੇ ਪੁੱਤ 'ਚ ਤਾਂ ਉਹ ਵੀ ਨਹੀਂ ਹੈਗੀ। ਓਹੋ, ਤੁਸੀਂ ਆਪਦੀ ਲੜਾਈ 'ਚ ਮੈਨੂੰ ਕਾਹਨੂੰ ਘਸੀੜਦੀਆਂ ਹੁੰਦੀਆਂ? ਵਿਆਹ ਹੋਣਾ ਨਾ ਹੋਣਾ ਵੱਖਰੀ ਗੱਲ ਆ ਬੇਬੇ, ਘੱਟੋ ਘੱਟ ਕੁੜੀ ਵੇਖਣ 'ਚ ਕੀ ਅਰਜਾ, ਨਾ ਚੰਗੀ ਲੱਗੀ ਤਾਂ ਜਵਾਬ ਦੇ ਆਵਾਂਗੇ, ਮੈਂ ਆਪੇ ਗੱਲ ਕਰ ਲੂੰ ਅਮਰੂ ਨਾਲ। ਕਰੋ ਆਪਣੀਆਂ ਮਰਜ਼ੀਆਂ। ਮੀਤੋ, ਲਾ ਫੋਨ ਮਾਮੇ ਨੂੰ, ਠੀਕ ਹੈ, ਕਹਿ ਆਉਂਦੇ ਐਤਵਾਰ ਨੂੰ, ਲਾ ਲਾ ਫੋਨ, ਇਸ ਤਰ੍ਹਾਂ ਤਾਂ ਮੁੰਡਾ ਕੁਵਾਰਾ ਰਹਿ ਜੂ। ਖਾਲਾ ਪੁੱਤ, ਭੈਣ ਜੀ, ਧੀਆਂ ਦੇ ਮਾਪਿਆਂ ਦਾ ਤਾਂ ਉਦੋਂ ਤੱਕ ਇੱਕ ਹੱਥ ਪੱਗ ਨੂੰ ਪਿਆ ਰਹਿੰਦਾ ਜਦੋਂ ਤੱਕ ਦੂਜੇ ਹੱਥ ਨਾਲ ਆਪਣੀ ਧੀ ਨੂੰ ਡੋਲੀ 'ਚ ਵਿਦਾ ਨਾ ਕਰ ਦੇਣ। ਧੀਆਂ ਤੇ ਬਗਾਨਾ ਤਨ ਹੁੰਦੀਆਂ ਨੇ ਵੀਰਵੇ, ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਆਪਣੇ ਕੋਲ, ਨਾਲੇ ਭਾਈ ਜੇ ਧੀਆਂ ਤੋਰਾਂ ਕੇ ਨਹੀਂ ਤੇ ਨੌਵਾਂ ਕਿੱਥੋਂ ਲੈ ਕੇ ਆਵਾਂਗੇ? ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਭੈਣ ਜੀ, ਪਰ ਸਾਡੇ ਵਰਗੇ ਮਾਪੇ ਕਿੱਥੇ ਜਾਣ ਜਿਨ੍ਹਾਂ ਲਈ ਕੰਮੋ ਹੀ ਧੀ ਹੈ ਤੇ ਕੰਮੋ ਹੀ ਪੁੱਤ ਹੈ। ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਜੀ ਕਿ ਮੈਨੂੰ ਵੀ ਜ਼ਿੰਮੇਵਾਰੀ ਤੋਂ ਸੁਰਖਰੂ ਕਰੇ। ਪੁੱਤ ਮੀਤੋ। ਹਾਂ ਮਾਮੀ। ਅੰਦਰ ਆ ਕੇ ਗੱਲ ਸੁਣੀ ਜਰਾ ਮੇਰੀ। ਅੱਛਾ, ਆਈ। ਹਲੋ ਭਾਈ। ਹਾਂ ਮਾਮੀ। ਮੀਤੋ ਪੁੱਤ, ਤੂੰ ਉਹਨਾਂ ਨੂੰ ਕੰਮੋ ਬਾਰੇ ਸੱਚੋ ਸੱਚ ਦੱਸਦਾ ਸੀ ਨਾ? ਮਾਮੀ, ਤੂੰ ਕਿਉਂ ਫਿਕਰ ਕਰੀ ਜਾਨੀ ਆ, ਜਿੰਨੀ ਲੋੜ ਸੀ ਓਨਾ ਦੱਸਤਾ। ਸਾਨੂੰ ਤਾਂ ਕੰਮੋ ਵਰਗੀ ਸੋਹਣੀ ਸੁਨੱਖੀ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਆ। ਤੂੰ ਐਵੇਂ ਨਾ ਫਿਕਰ ਕਰ ਕੰਮੋ, ਤੂੰ ਛੇ ਛੇ ਤੇ ਚਾਹ ਲੈ ਕੇ ਆ ਜਾ ਮਾਮੀ, ਤੂੰ ਉਧਰ ਬੈਠ ਸਾਡੇ ਕੋਲ। ਚਲੋ ਪੁੱਤ। ਕੰਮੋ, ਆ ਟਰੇ ਰੱਖ। ਅਮਰੂ, ਚੱਲ ਆ, ਇੱਕ ਮਿੰਟ ਗੱਲ ਸੁਣ। ਆ ਜਾ ਕੰਮੋ, ਤੂੰ ਵੀ ਆ ਜਾ। ਅਮਰੂ, ਆ ਜਾ ਕੰਮੋ। ਦੇਖਿਆ ਕਿੰਨੀ ਸੋਹਣੀ ਆ, ਦੇਖੀ ਇੰਨੀ ਸੋਹਣੀ ਕੁੜੀ ਕਦੀ? ਚੱਲ ਬੈਠ ਇੱਥੇ, ਆ ਜਾ ਕੰਮੋ। ਤੁਸੀਂ ਹੁਣ ਦੋਵੇਂ ਜਣੇ ਗੱਲਾਂ ਕਰ ਲਓ, ਮੈਂ ਥੋੜ੍ਹੀ ਦੇਰ ਬਾਅਦ ਆਉਂਦੀ ਹਾਂ, ਠੀਕ ਹੈ? ਇੱਦਾਂ ਦੇ ਮੌਕੇ ਕੀ ਗੱਲ ਕਰੀਦੀ ਹੈ ਜੀ, ਮੈਨੂੰ ਪਤਾ ਨਹੀਂ, ਜੇ ਤੁਸੀਂ ਕੁਛ ਪੁੱਛਣਾ ਤਾਂ ਪੁੱਛ ਲਓ ਜੀ। ਤੁਹਾਨੂੰ ਪਤਾ ਹੈ ਨਾ ਇਹ ਮੇਰਾ ਦੂਜਾ ਵਿਆਹ ਹੈ। ਹਾਂ, ਉਹ ਦੱਸਤਾ ਸੀ ਭਾਬੀ ਨੇ। ਰਿਸ਼ਤਿਆਂ ਦਾ ਕੀ ਜੀ, ਇਹ ਤਾਂ ਕੱਚ ਵਰਗੇ ਹੁੰਦੇ ਨੇ, ਜੇ ਟੁੱਟ ਜਾਣ ਤਾਂ ਟੁੱਟ ਜਾਣ, ਜੇ ਨਿਭਣੀ ਹੋਵੇ ਤਾਂ ਫਿਰ ਸਾਰੀ ਉਮਰ ਵੀ ਨਿਭ ਜਾਂਦੀ ਹੈ ਨਾ ਜੀ। ਕੁਛ ਇਸ ਤਰ੍ਹਾਂ ਹੀ ਟੁੱਟ ਗਿਆ ਸੀ ਮੇਰਾ ਰਿਸ਼ਤਾ ਵੀ, ਅਤੇ ਟੁਕੜੇ ਟੁਕੜੇ ਹੋ ਕੇ ਖੁੱਭ ਗਿਆ ਸੀ ਮੇਰੇ ਢਿੱਡ 'ਚ। ਬੜਾ ਰੋਈ ਮੈਂ, ਬੜੀਆਂ ਮਿੰਨਤਾਂ ਕੀਤੀਆਂ ਉਹਦੀਆਂ, ਪਰ ਉਹਨੇ ਮੇਰੀ ਇੱਕ ਨਾ ਸੁਣੀ। ਇਹੋ ਜਿਹੀਆਂ ਗੱਲਾਂ ਨਾ ਕਰੋ ਜੀ, ਜਿਹੜਾ ਰਿਸ਼ਤਾ ਟੁੱਟ ਹੀ ਗਿਆ ਉਹਦਾ ਕਾਹਦਾ ਪਛਤਾਵਾ। ਮੈਂ ਡਰਦੀ ਹਾਂ ਜੀ ਕਿਤੇ ਮੇਰਾ ਇਹ ਰਿਸ਼ਤਾ ਵੀ ਟੁੱਟ ਨਾ ਜਾਏ। ਐਂ ਕਿਵੇਂ ਟੁੱਟ ਜੂਗਾ, ਸਾਰੇ ਬੰਦੇ ਇੱਕੋ ਜਿਹੇ ਥੋੜ੍ਹੀ ਹੁੰਦੇ ਨੇ, ਮੈਂ ਉਹਨਾਂ ਬੰਦਿਆਂ 'ਚੋਂ ਨਹੀਂ ਹੈਗਾ। ਪਰ ਮੈਂ ਤਾਂ ਉਹੀ ਹਾਂ ਨਾ ਜੀ, ਤੇ ਮੇਰੇ 'ਚ ਖੋਟ ਵੀ ਉਹੀ ਹੈ। ਖੋਟ? ਕਾਹਦੀ ਖੋਟ? ਕੋਈ ਖੋਟ ਨਹੀਂ ਸੀ ਤੇਰੇ 'ਚ, ਖੋਟ ਤੇਰੀ ਕਿਸਮਤ 'ਚ ਸੀ। ਪਰ ਹੁਣ ਸਭ ਕੁਛ ਠੀਕ ਹੋ ਜਾਣਾ ਨਾ ਅਮਰੂ, ਹੁਣ ਤੂੰ ਕਿੰਨੀਆਂ ਗੱਲਾਂ ਕਰਨੀਆਂ ਹੈ? ਬਾਕੀ ਗੱਲਾਂ ਵਿਆਹ ਤੋਂ ਬਾਅਦ 'ਚ ਕਰ ਲਿਓ, ਚੱਲ ਹੁਣ ਆ, ਠੀਕ ਹੈ? ਚੱਲਦਾ ਜੀ।
ਚੰਗਾ ਪ੍ਰਾਹੁਣਿਆ। ਚੰਗਾ ਭਾਜੀ, ਸਤਿ ਸ੍ਰੀ ਅਕਾਲ। ਘਰੇ ਵਿਚਾਰ ਕਰ ਲਈਏ ਫਿਰ ਦੱਸ ਦਿੰਦੇ ਆ ਤੁਹਾਨੂੰ। ਠੀਕ ਆ ਬੇਬੇ, ਚਲੋ ਆਓ। ਚਲ ਚੰਗਾ ਮਾਮਾ। ਚੰਗਾ ਧੀ, ਜਿਉਂਦੀ ਰਹਿ। ਚੰਗਾ ਮਾਮੀ। ਚੰਗਾ ਪੁੱਤ, ਜੇ ਮੁੰਡੇ ਨੇ ਪੀ ਕੇ ਤੈਨੂੰ ਗੱਲ ਕੋਈ ਮਾੜੀ ਆਖੀ, ਸਾਡੇ ਵੱਲੋਂ ਖੋਲਿਆ ਪੂਰੀ ਲਾਗੇ ਰੱਖ ਲਈ ਥਾਪੀ। ਸਭ ਤੋਂ ਸੌਖਾ ਤਰੀਕਾ ਆ ਏ ਵਧੀਆ ਵਿਸ਼ਵ ਵਿਆਪੀ। ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਜਾਗਰਾ, ਢਾਈਏ 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 ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ। ਅਸਲ ਚ ਅਜੇ ਪੱਕ ਠੱਕ ਨੀ ਹੋਈ ਪੂਰੀ ਤਰ੍ਹਾਂ, ਇਸੇ ਕਰਕੇ ਨੀ ਦੱਸਿਆ ਕਿਸੇ ਨੂੰ। ਮੈਨੂੰ ਹੀ ਨੀ ਦੱਸਿਆ ਨਾ, ਸਾਰੇ ਪਿੰਡ ਚ ਤਾਂ ਕਾਂਵਾਂ ਰੌਲੀ ਮੱਚੀ ਪਈ ਹੈ। ਨਾ ਕਾਂਵਾਂ ਰੌਲੀ ਵਾਲੀ ਕਿਹੜੀ ਗੱਲ ਹੋ ਗਈ ਇਹਦੇ ਚ? ਤੂੰ ਚੰਗੀ ਕਰਤੂਤ ਕੀਤੀ, ਕੁਆਰੀਆਂ ਕੁੜੀਆਂ ਮੁੱਕ ਗਈਆਂ ਸੀ ਦੁਨੀਆਂ ਤੋਂ, ਆ ਛੱਡੀ ਚੜਾਈ ਦਾ ਰਿਸ਼ਤਾ ਫੜ ਲਿਆ। ਗੱਲ ਤਾਂ ਤੇਰੀ ਠੀਕ ਹੈ ਮੱਗੋ, ਪਰ ਮੈਂ ਵੀ ਮਰਦੀ ਨੇ ਅੱਖ ਚੱਪਿਆ। ਤੈਨੂੰ ਪਤਾ ਢਿੱਲੀ ਮੱਠੀ ਜੀ ਤੇ ਰਹਿੰਦੀ, ਕੀ ਪਤਾ ਕਦੋਂ ਅਗਲੇ ਦਿਨੋਂ ਬੁਲਾਵਾ ਆ ਜਾਣਾ। ਆਪ ਤੇ ਇਹੋ ਸੋਚਿਆ ਵੀ ਇਹਦਾ ਲੋਲੇ ਜਿਹਾ ਵਿਆਹ ਕਰ ਦੇਵਾਂ, ਇਹਦਾ ਘਰ ਵੱਸ ਜਾਵੇ, ਪੋਤੇ ਪੋਤੀਆਂ ਦਾ ਮੂੰਹ ਵੇਖ ਕੇ ਮਰੂੰਗੀ ਨਾ ਤੇ ਜਾਨ ਸੌਖੀ ਨਿਕਲੂ। ਪੋਤੇ ਪੋਤੀਆਂ ਦਾ ਮੂੰਹ ਤਾਂ ਹੀ ਦੇਖੇਗੀ ਨਾ ਜੇ ਅਗਲੀ ਦਿਖਾਊ ਨਾ। ਦਿਖਾਊ ਕਿਉਂ ਨਾ ਸੁੱਖ ਨਾ, ਲੱਗਦਾ ਤੈਨੂੰ ਕੁੜੀ ਬਾਰੇ ਪੂਰੀ ਗੱਲ ਦਾ ਪਤਾ ਨਹੀਂ। ਉਹਨਾਂ ਨੂੰ ਹੋ ਕੇ ਸੁਣ ਲੈ ਫਿਰ। ਛੱਡ ਛੜਾਈ ਇਸ ਲਈ ਹੋਈ ਸੀ ਕਿ ਕੁੜੀ ਕੁੱਖੋਂ ਪੰਜਰ ਹੈ। ਬਥੇਰੇ ਇਲਾਜ ਕਰਾ ਲਏ, ਜਵਾਕ ਨਹੀਂ ਜੰਮਣੇ। ਮੈਂ ਆਪਣੀ ਗੱਲ ਕਹਿਤੀ, ਬਾਕੀ ਤੇਰੀ ਮਰਜ਼ੀ। ਸ਼ਰਮ ਨਹੀਂ ਆਉਂਦੀ ਐਡੀ ਵੱਡੀ ਗੱਲ ਸਾਡੇ ਤੋਂ ਲੁਕੋ ਕੇ ਰੱਖੀ? ਨਾ ਹੋਰ ਕੀ ਕਰਦੀ ਮੈਂ ਹੈ,
ਮੈਂ ਸੋਚਿਆ ਇਹਦਾ ਘਰ ਸੰਭਾਲਣ ਵਾਲੀ ਆ ਜੂਗੀ ਨਾਲੇ ਉਹਦਾ ਕੁਛ ਬਣ ਜੂਗਾ ਨਾ ਜਵਾਕ ਦਾ ਕੀ ਆ ਜੋ ਜੋ ਸਾਡਾ ਹੋ ਜਾਏ ਇਹਦਾ ਜਾਣਦੀ ਆ ਮੈਂ ਤੇਰੀਆਂ ਚਤਰਾਈਆਂ ਨੂੰ ਤੂੰ ਤਾਂ ਇਹੋ ਸੋਚਦੀ ਆ ਨਾ ਵੀ ਜਿਹੜੀ ਮਾੜੀ ਮੋਟੀ ਪੈਲੀ ਹੈਗੀ ਆ ਉਹ ਤੇਰੇ ਜਵਾਕ ਦੇ ਨਾਂ ਤੇ ਲੱਗ ਜਾ ਮੇਰਾ ਸੋਹਣੇ ਅਰਗਾ ਪੁੱਤ ਉਸ ਬੰਜਰ ਜ਼ਮੀਨ ਦੇ ਬਦਲੇ ਗਹਿਣੇ ਪਾਉਣ ਨੂੰ ਫਿਰਦੀ ਆ ਤੂੰ ਅੱਜ ਤੋਂ ਬਾਅਦ ਕੰਮਾਂ ਦਾ ਨਾਂ ਨਾ ਲੈ ਇਸ ਘਰ 'ਚ ਅਸੀਂ ਨਹੀਂ ਕਰਨਾ ਸਾਗ ਵੱਡੀ ਆਈ ਵਿਚੋਲਣ ਤੇ ਮਾਤਾ ਤੂੰ ਇਸ ਟਾਈਮ ਪੇਪਰ ਤੇ ਗੂਠਾ ਲਵਾ ਲਾ ਗੂਠਾ ਜੇ ਤੇਰੇ ਇਸ ਲੋਲੇ ਪੁੱਤ ਨੂੰ ਕੰਮਾਂ ਤੋਂ ਚੰਗੀ ਕੁੜੀ ਮਿਲ ਗਈ ਨਾ ਤਾਂ ਮੇਰੇ ਮੇਰੇ ਗਲ 'ਚ ਗੂਠਾ ਦੇ ਦਿਓ ਚੱਲ ਵੇ ਉੱਠੇ ਤੂੰ ਬੱਚਣਾ ਨਾ ਹੋਏ ਤਾਂ ਅਮਰੂ ਘੰਟਾ ਹੋ ਗਿਆ ਤੈਨੂੰ ਲੱਭਦੇ ਨੂੰ ਤੂੰ ਮੇਰਾ ਵੀਰ ਇੱਥੇ ਬੈਠਾ ਕੀ ਗੱਲ ਆ ਕੀ ਮਜ਼ਾਕ ਜਿਹਾ ਬਣਾਇਆ ਬੋਲ ਮਜ਼ਾਕ ਤਾਂ ਮੇਰੀ ਜ਼ਿੰਦਗੀ ਦਾ ਬਣ ਗਿਆ ਯਾਰ ਹੁਣ ਚਿੱਥ ਜਿਹਾ ਨਹੀਂ ਲੱਗਦਾ ਇਸ ਦੁਨੀਆ 'ਤੇ ਉਹ ਕੀ ਲਕੋ ਜਿਹਾ ਰੱਖੀ ਜਾਂਦਾ ਸਾਫ਼ ਸਾਫ਼ ਦੱਸ ਗੱਲ ਕੀ ਆ ਮੇਰਾ ਵੀਰ ਲਕੋ ਤਾਂ ਭਾਬੀ ਨੇ ਰੱਖਿਆ ਸਾਡੇ ਤੋਂ ਜੇ ਕੰਮੋਂ ਪਹਿਲਾਂ ਵਿਆਹੀ ਹੋਈ ਸੀ ਮੈਂ ਫਿਰ ਵੀ ਪ੍ਰਵਾਨ ਕਰ ਲੈਂਦਾ ਜਿਹੜੀ ਔਰਤ ਮਾਂ ਹੀ ਨਹੀਂ ਬਣ ਸਕਦੀ ਕੋਈ ਉਹਦੇ ਨਾਲ ਕਿਵੇਂ ਵਿਆਹ ਕਰਾ ਲੂ ਯਾਰ ਕਿਵੇਂ ਪ੍ਰਵਾਨ ਕਰ ਲੂ ਹੁਣ ਕਿਹਦਾ ਚਿੱਤ ਨਹੀਂ ਕਰਦਾ ਆਪਣੇ ਛੋਟੇ ਛੋਟੇ ਜਵਾਕਾਂ ਨੂੰ ਆਪਣੇ ਮੋਢਿਆਂ 'ਤੇ ਖਿਡਾਉਣ ਦਾ ਉਹ ਮੇਰਾ ਵੀਰ ਉਹ ਜਿੱਥੇ ਰੱਬ ਨੇ ਸੰਯੋਗ ਲਿਖੇ ਹੋਣ ਨਾ ਆਪੇ ਮਿਲਾਊ ਇੱਕ ਨਾ ਇੱਕ ਦਿਨ ਤੂੰ ਸੱਚੇ ਪਿਤਾ ਵਾਹਿਗੁਰੂ 'ਤੇ ਡੋਰਾ ਰੱਖ ਚੱਲ ਮੇਰਾ ਵੀਰ ਤੈਨੂੰ ਚੰਡੀਗੜ੍ਹ ਘੁੰਮਾ ਕੇ ਲਿਆਵਾਂ ਕਿਉਂ ਟੈਨਸ਼ਨਾਂ 'ਚ ਫਿਰਦਾ ਚੱਲ ਨਹੀਂ ਵੀਰੇ ਮੈਂ ਘਰੇ ਨਹੀਂ ਦੱਸਿਆ ਉਹ ਆਪਾਂ ਘਰੇ ਫੋਨ ਕਰ ਦਿੰਦੇ ਹਾਂ ਚੱਲ ਮੇਰੇ ਨਾਲ ਆ ਜਾ ਬੇਬੇ ਫਿਕਰ ਕਰੂ ਉਹ ਬੇਬੇ ਨੂੰ ਮੈਂ ਕਹਿ ਦੂੰ ਤੂੰ ਕਿਹੜਾ ਵਹਿ ਗੱਡੀ 'ਚ ਚੱਕ ਅਮਰੂ ਤੂੰ ਵੀ ਪੈਰ ਕਲੇਚ ਤੋਂ ਖਿੱਚ ਕੀ ਕਰੀ ਜਾਂਦਾ ਨਾ ਬਾਈ ਮੈਨੂੰ ਚੜ ਜਾਂਦੀ ਹੁੰਦੀ ਹੈ ਉਹ ਪਤੰਦਰਾ ਚੜਨ ਖਾਤਰ ਦਾ ਪੀਨੇ ਆ ਹੋਰ ਕਿਹੜਾ ਸਾਲਾ ਪ੍ਰੋਟੀਨ ਸ਼ੇਕ ਆ ਚੱਕ ਮੇਰਾ ਵੀਰ ਉਹ ਖਿੱਚਦੇ ਖਿੱਚਦੇ ਚੱਲ ਚੱਕ ਗਲਾਸੀ ਓਏ ਅਮਰੂ ਆ ਚੰਡੀਗੜ੍ਹ ਦੀਆਂ ਕੁੜੀਆਂ ਤੇ ਅੱਤ ਨੇ ਯਾਰ ਅੱਤ ਉਹ ਇਹਨਾਂ ਦਾ ਕੱਪੜੇ ਪਾਉਣ ਦਾ ਸਟਾਈਲ ਵੱਖਰਾ ਗੱਲਬਾਤ ਕਰਨ ਦਾ ਸਟਾਈਲ ਵੱਖਰਾ ਆ ਹੁਣ ਤੂੰ ਦੇਖ ਹੀ ਲੈ ਮੋਗਿਓਂ ਕੁੜੀ ਚੜ੍ਹਦੀ ਹੈ ਚੰਡੀਗੜ੍ਹ ਵਾਲੀ ਬੱਸ ਤੇ ਨਾਂ ਹੁੰਦਾ ਜਸਵਿੰਦਰ ਕੌਰ ਤੇ ਉੱਤਰਦੀ ਕੌਣ ਹੈ ਜੈਸ ਕੌਰ ਬਾਈ ਮੈਨੂੰ ਇੱਕ ਗੱਲ ਦੱਸ ਮੇਰੀ ਤਾਂ ਚਲੋ ਮਜ਼ਬੂਰੀ ਹੈ ਤੈਨੂੰ ਧਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਜਾਣਦੀਆਂ ਤੂੰ ਤਾਂ ਕਿਸੇ ਨਾਲ ਵਿਆਹ ਕਰਾ ਲੈ ਜਿਹਨੂੰ ਤੇਰਾ ਵੀਰ ਪਸੰਦ ਕਰਦਾ ਨਾ ਉਹਨੂੰ ਅਰਜ਼ੀ ਲਾਈ ਹੋਈ ਆਪਾਂ ਹਜੇ ਤੱਕ ਉਹਨੇ ਤੇਰੇ ਵੀਰ ਨੂੰ ਹਾਂ ਹੀ ਨਹੀਂ ਕੀਤੀ ਹੋਏ ਉਹ ਜਿੱਦੇ ਉਹਨੇ ਹਾਂ ਕਰਤੀ ਨਾ ਤੇਰਾ ਵੀਰ ਛਾਲ ਮਾਰ ਕੇ ਘੋੜੀ ਤੇ ਚੜ੍ਹ ਜੂ ਛਾਲ ਮਾਰ ਕੇ ਉਹ ਚੱਲ ਖਿੱਚੋ ਪੈਗ ਹੋਈ ਤੁਸੀਂ ਮੁੰਡਿਓ ਪਾ ਦੇ ਰੋਟੀ ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ ਜੇ ਹੋ ਗਈ ਕਿਤੇ ਗੁੱਸੇ ਰਹਿ ਜੂ ਵੇਖੇ ਜਾਣ ਤੋਂ ਲੈ ਵੀ ਅਮਰੂ ਤੂੰ ਮੇਰਾ ਵੀਰ ਕਰ ਰਹਾ ਵਾ ਜੇ ਕਿਸੇ ਸ਼ਹਿਰ ਦੀ ਲੋੜ ਪੈਂਦੀ ਮੈਂ ਨਾਲ ਵਾਲੇ ਕਮਰੇ 'ਚ ਹਾਂ ਪਰ ਬਾਈ ਠੀਕ ਹੈ ਅੱਡੇ ਕਮਰੇ 'ਚ ਮੈਂ ਇਕੱਲੇ ਰਹੂੰ ਇਹ ਤਾਂ ਵੱਢ ਖਾਣ ਨੂੰ ਪਊ ਮੈਨੂੰ ਤੂੰ ਵੀ ਉਰੇ ਪਜਾ ਵੱਢ ਖਾਣ ਨੂੰ ਜੇ ਵੱਢ ਖਾਣ ਨੂੰ ਪਊ ਤੇ ਆ ਚੱਕ ਫਿਰ ਸ਼੍ਰੀ ਦੇਵੀ ਹੋਣੀਆਂ ਜੇ ਫਿਰ ਵੀ ਤੈਨੂੰ ਵੱਢ ਖਾਣ ਨੂੰ ਪਊ ਤੇ ਤੂੰ ਇਹਨਾਂ ਨੂੰ ਵੱਢ ਲਈ ਰਾਤ ਨੂੰ ਚੱਲ ਗੁੱਡ ਨਾਈਟ ਮੇਰਾ ਵੀ ਲਵ ਯੂ ਮੂਆ ਸੋਇਆ
ਨੇਰ ਸਾਈ ਦਾ ਕਿਹੋ ਜਿਹੀਆਂ ਮੂਰਤਾਂ ਨੇ। ਹੁਣ ਦੱਸ ਜਨਾਨੀ ਨਾਂ ਦੇ ਇਹਨਾਂ ਜੀਆਂ ਬਾਰੇ ਤੇਰਾ ਕੀ ਖਿਆਲ ਹੈ? ਕਿਹੋ ਜਿਹੀਆਂ ਮੂਰਤਾਂ ਜੱਗੀ ਫਿਰਦਾ ਜਿਹਨੂੰ ਪੱਲਿਓ ਕੱਪੜੇ ਪਾ ਕੇ ਦੇਖਣਾ ਪੈਂਦਾ? ਕਿੱਥੋਂ ਲੈ ਆਇਆ ਲੁੱਚੀ ਜੀ ਕਿਤਾਬ? ਤੂੰ ਭਾਈ ਨਾਲ ਗੱਲ ਨਾ ਕਰੀ, ਮੈਨੂੰ ਨਾ ਕੱਲ ਕੀਰਤ ਧੱਕੇ ਨਾਲ ਚੰਡੀਗੜ੍ਹ ਲੈ ਗਿਆ ਭਾਈ। ਇਹ ਤਾਂ ਕੁਛ ਵੀ ਨੀ, ਉੱਥੇ ਕਿਤੇ ਮੈਨੂੰ ਇੱਕ ਕੁੜੀ ਮਿਲੀ ਇੰਨੀ ਸੋਹਣੀ, ਭਾਈ ਤੂੰ ਪੁੱਛ ਨਾ। ਚੱਲ ਨਹੀਂ ਪੁੱਛਦਾ। ਨਹੀਂ ਐਂ ਤਾਂ ਪੁੱਛ ਭਾਈ, ਮੈਂ ਤਾਂ ਉੱਥੋਂ ਸੰਗੀ ਜਾਵਾਂ, ਉਹਨੇ ਕਿਤੇ ਮੇਰੇ ਗਲੇ 'ਚ ਬਾਹਰ ਨਾ ਪਾਤੀ ਹੈ। ਮੈਨੂੰ ਕਹਿੰਦੀ ਅਮਰੂ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ, ਤੂੰ ਤਾਂ ਰੱਬ ਹੈ ਮੇਰਾ। ਰੁਕ ਜਾ, ਹੁਣ ਤੇ ਕਦਮ ਹੀ ਅੱਗੇ ਆਏ ਨਾ ਤਾਂ ਇਹ ਕਿਸ਼ਤੀ ਉਲਟ ਕੇ ਡੁੱਬ ਜਾਊਗੀ। ਫਿਰ ਜੇ ਤੇਰੀ ਤਬੀਅਤ ਠੀਕ ਨੀ ਭਰਾਵਾ ਤੈਨੂੰ ਡਾਕਟਰ ਪਾਰਟੀ ਨੂੰ ਦਿਖਾ ਦਿੰਦਾ। ਉਹ ਨਹੀਂ ਭਰਾਵਾ, ਚਾਹੇ ਜੋ ਤੇਰੇ ਹਾਲਾਤ ਨੇ ਨਾ, ਮੈਨੂੰ ਲੱਗਦਾ ਤੈਨੂੰ ਜਨਾਨੀ ਨਾਂ ਦੇ ਜੀਵ ਦੀ ਸਖਤ ਜ਼ਰੂਰਤ ਹੈ। ਕਿਤੇ ਨਾ ਹੋਵੇ ਪਿੰਡ 'ਚ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਾ। ਨਹੀਂ ਮੈਂ ਤੋਂ ਨਹੀਂ ਭੁਗਦੀ ਭਰਾਵਾ ਇਹ ਜੀ ਯਾਰੀ। ਤੂੰ ਮੇਰੀ ਉਹ ਮੈਂ ਨਹੀਂ ਖੜਦਾ ਤੇਰੇ ਕੋਲ ਹੁਣ। ਨੈਣਾ ਨੂੰ ਜਚ ਗਈ ਏ ਤੂੰ, ਸਾਹਾਂ ਵਿੱਚ ਵਸ ਗਈ ਏ ਤੂੰ। ਨੈਣਾ ਨੂੰ ਜਚ ਗਈ ਏ ਤੂੰ, ਸਾਹਾਂ ਵਿੱਚ ਵਸ ਗਈ ਏ ਤੂੰ। ਨੀਂਦਰੀ ਉੱਡ ਗਈ ਅੱਖੀਆਂ ਚੋਂ ਤੇ ਚੈਨ ਕਿਤੇ ਵੀ ਲੱਭ ਗਈ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਕਮਲਾ ਜਿਹਾ ਦਿਲ ਲੱਗਦਾ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਨੀ। ਸੁਪਨੇ ਵਿੱਚ ਵੀ ਦੂਰ ਹੋਈ ਤਾਂ ਵੀ ਤਾਂ ਜੀ ਮੈਂ ਸਕਦਾ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲੱਗਦਾ ਨੀ। ਨਾ ਭਾਬੀ ਨਾ, ਨਾ ਕਰ ਭਾਬੀ, ਮਸੀ ਮਸੀ ਤਾਂ ਕੋਈ ਖੁਸ਼ੀ ਮਿਲੀ ਆ ਭਾਬੀ, ਉਹ ਵੀ ਨਾ ਖੋਲੀ ਕਿਤੇ ਭਾਬੀ, ਨਾ ਕਰ ਭਾਬੀ, ਨਾ ਭਾਬੀ, ਨਾ ਭਾਬੀ ਜੀ, ਕਰਤਾ ਨਾ ਉਹੀ ਕੰਮ ਭਾਬੀ। ਹਾਏ ਮੈਂ ਮਰ ਜਾਂ, ਕਿੰਨੀਆਂ ਗੰਦੀਆਂ ਮੂਰਤਾਂ ਭਾਬੀ, ਤੁਰਫ ਕੇ ਮੂੰਹ ਮਰ ਜਾਣਿਆ, ਟੁੱਟ ਪੈਣਿਆ, ਉੱਚਾ ਸ਼ਰਮਾ ਥੇ ਪੈਣਿਆ, ਥਰਕੀਆ ਮਰ ਜਾਣਿਆ, ਸ਼ਰਮ ਨਹੀਂ ਹੈ ਤੈਨੂੰ? ਸ਼ਰਮ ਨਹੀਂ ਗੰਦੀ ਮੂਰਤਾਂ ਦੇਖਦਿਆ ਹੈ ਭਾਬੀ? ਤੂੰ ਇਹ ਤੇ ਕੀ ਹੈ, ਮਾਂ ਤੇ ਤੇਰੀ ਕਹਿੰਦੀ ਸੀ ਮੇਰਾ ਪੁੱਤ ਤਾਂ ਪੂਰਾ ਗਊ ਆ, ਗਊ ਆ, ਵੇਖੋ ਗਊ ਆ, ਵੇਖੋ ਗਊ, ਪੂਰੀ ਗਊਸ਼ਾਲਾ ਲਈ ਫਿਰਦਾ, ਮਰ ਜਾਣਾ ਕਿਉਂ? ਸਵੇਰੇ ਸਵੇਰੇ ਸਾਰਾ ਘਰ ਸਿਰ ਤੇ ਚੱਕਣਾ ਲੈ ਮੀ ਤੋ, ਐਡਾ ਕੀ ਬੰਬ ਡਿੱਗ ਪਿਆ? ਵੇਖੋ ਤੇਰੇ ਭਰਾ ਦੀਆਂ ਕਰਤੂਤਾਂ। ਹੈ ਆ ਤਾਂ ਸੱਚੀ ਬੰਬ ਆ, ਪਰ ਫਿੱਟੇ ਮੂੰਹ ਖਬਰਦਾਰ, ਜੇ ਇਹਨੂੰ ਦੇਖਿਆ ਤਾਂ
ਅੱਗ ਲਾਉਣੀ ਮੈਂ ਹੁਣੇ ਇਹਨੂੰ ਚੁੱਲ੍ਹੇ 'ਚ ਡਾਲਣਾ ਮੈਂ ਇਹਨੂੰ ਲੁੱਚੀਆਂ ਦਾ ਟੱਬਰ ਓਏ ਅਮਰੂ ਹਾਂ ਕਿੱਥੋਂ ਮਿਲਦੀ ਹੈ ਕਿਤਾਬ ਓਏ ਇਹ ਤਾਂ ਹੈ ਵੈਸੇ ਹੀ ਪੁੱਛਿਆ ਸੀ ਮੈਂ ਖਬਰਦਾਰ ਜੇ ਘਰ 'ਚ ਗੰਦੀਆਂ ਕਿਤਾਬਾਂ ਲਿਆਂਦੀਆਂ ਤਾਂ ਮੈਂ ਬੇਬੇ ਨੂੰ ਦੱਸ ਦੂੰ ਓ ਮੀਤੋ ਅੱਗ ਨਾ ਲਾ ਦੀ ਇਹਨੂੰ ਕਈ ਵਾਰ ਦਿਮਾਗੀ ਥਕਾਨ ਜਾਂ ਕੈਮੀਕਲ ਇੰਬੈਲੈਂਸ ਸੇ ਆਵਾਜ਼ੇ ਸੁਣਾਈ ਦੇਤੀ ਹੈ ਐਸੀ ਚੀਜ਼ੇ ਦਿਖਾਈ ਦੇਤੀ ਹੈ ਜੋ ਰੀਅਲ ਮੈਂ ਹੈ ਨਹੀਂ ਦੈਟਸ ਹੈਲੂਸੀਨੇਸ਼ਨ ਅਰੇ ਅਪਨ ਕੋ ਕਲੀਅਰ ਦਿਖਾ ਮਹਾਤਮਾ ਗਾਂਧੀ ਖੜੇ ਥੇ ਉਧਰ ਅਪਨ ਤੋ ਬੋਲਤਾ ਬਾਪੂ ਕੀ ਆਤਮਾ ਥੀ ਅਗਰ ਆਤਮਾ ਹੋਤੀ ਮਿਸਟਰ ਸ਼ਰਮਾ ਯਾਰ ਮੈਨੂੰ ਸਮਝ ਨਹੀਂ ਲੱਗਦੀ ਵੀ ਤੇਰੀ ਭਰਜਾਈ ਨਹੀਂ ਉਸਤਰੇ ਵਾਂਗੂ ਤਿੱਖੀ ਕਿਉਂ ਹੈ ਯਾਰ ਤੈਨੂੰ ਦੇਖ ਕੇ ਉਹਨੂੰ ਢੇਡੀ ਪੀੜਾ ਕਿਉਂ ਪੈਂਦੀਆਂ ਨੇ ਉਹ ਚਾਹੁੰਦੀ ਕੀ ਹੈ ਯਾਰ ਹੁਣ ਤੈਨੂੰ ਕੀ ਦੱਸਾਂ ਖਰੇਤੀ ਭਾਬੀ ਦੇ ਨਾ ਮਾਮੇ ਦੀ ਕੁੜੀ ਆ ਕੰਮੋ ਉਹਦੇ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦੀ ਆ ਯਾਰ ਉਹ ਫੇਰ ਕਰਵਾ ਲੈ ਯਾਰ ਕਿ ਪਸੰਦ ਨਹੀਂ ਕੰਮੋ ਪਸੰਦ ਹੁਣ ਤੈਨੂੰ ਕੀ ਦੱਸਾਂ ਖਰੇਤੀ ਤੂੰ ਯਾਰ ਆ ਮੇਰਾ ਮੇਰਾ ਨਾ ਕਿਤੇ ਲਵ ਚੱਲਦਾ ਅੱਛਾ ਚੰਡੀਗੜ੍ਹ ਦੀ ਕੁੜੀ ਆ ਮੈਨੂੰ ਪਤਾ ਕੀ ਕਹਿੰਦੀ ਹੈ ਕੀ ਕਹਿੰਦੀ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਤੂੰ ਮੇਰੀ ਚੋਲੀ ਪਾ ਦਿੱਤੀ ਅਮਰੂ ਮੈਂ ਬਹੁਤ ਖੁਸ਼ ਹਾਂ ਤੇ ਅੱਜ ਤੂੰ ਤੂੰ ਸਿਰਫ ਮੇਰਾ ਤੇ ਤੂੰ ਸਿਰਫ ਮੇਰੀ ਮੈਂ ਤੇਰੀ ਤੂੰ ਮੇਰਾ ਮੈਨੂੰ ਲੱਗਦਾ ਕਾਕਾ ਤੇਰੀ ਤਬੀਅਤ ਠੀਕ ਨਹੀਂ ਹੈ ਦਵਾਈ ਲੈ ਕੇ ਦਵਾਂ ਉਹ ਤੈਨੂੰ ਗੱਪ ਲੱਗਦੀ ਆ ਮੇਰਾ ਸੱਚੀ ਲੱਭ ਚੱਲਦਾ ਯਾਰ ਉਹ ਯਾਰ ਗੁੱਸਾ ਕਿਉਂ ਕਰ ਗਿਆ ਜੇ ਤੈਨੂੰ ਸੱਚਿਓ ਪਿਆਰ ਕਰਦੀ ਹੈ ਨਾ ਸੱਚਿਓ ਲੱਭ ਕਰਦੀ ਹੈ ਜਾਂ ਫਿਰ ਕਰਵਾ ਲਾ ਵਿਆਹ ਉਹਦੇ ਨਾਲ ਛੇਤੀ ਅਮਰੂ ਅਮਰੂ ਹਾਂ ਬੇਬੇ ਕਿਹੜਿਆਂ ਖਿਆਲਾਂ 'ਚ ਗੁਆਚਾ ਪੁੱਤ ਕੁਛ ਨਹੀਂ ਬੇਬੇ ਪਤਾ ਮੈਂ ਤਾਂ ਸੋਚਦੀ ਹਾਂ ਰਾਤੋਂ ਦਿਨ ਨਾ ਚੜ੍ਹੇ ਤੇਰਾ ਵਿਆਹ ਕਰਦਾ ਆਪਣੇ ਪੋਤੇ ਪੋਤੀਆਂ ਦਾ ਮੂੰਹ ਵੇਖ ਲਵਾਂ ਕੀ ਪਤਾ ਕੱਲ੍ਹ ਨੂੰ ਮੈਂ ਰਹਾਂ ਜਾਂ ਨਾ ਰਹਾਂ ਮੈਂ ਤਾਂ ਸੋਚ ਲਿਆ ਪੁੱਤ ਜਿਹੋ ਜਿਹੀ ਵੀ ਕੁੜੀ ਮਿਲੀ ਨਾ ਵਿਆਹ ਕਰ ਦੇਣਾ ਤੇਰਾ ਮੈਂ ਬੇਬੇ ਜਿਹੋ ਜਿਹੀ ਵੀ ਕਿਉਂ ਤੂੰ ਕਿਹਾ ਸੀ ਨਾ ਕਿ ਹੋਰ ਪਰੀ ਲਿਆਵਾਂਗੇ ਹੁਣ ਪਰੀਓ ਵਿਆਹ ਕੇ ਲਿਆਊਗਾ ਤੇਰਾ ਪੁੱਤ ਇੱਥੇ ਰੋਕ ਦੀ ਗੇਟ ਮੋਰੇ ਹਾਂਜੀ ਹਾਂ ਆਲੇ ਫੜ ਬੀਬੀ 20 ਰੁਪਏ ਹੋਇਆ 10 ਰੁਪਏ ਕਿਰਾਇਆ ਲੱਗਦਾ 20 ਰੁਪਏ ਕਾਹਦੇ 10 ਰੁਪਏ ਚਲਾਉਣ ਦੇ ਲਾ ਲਿਆ ਉਹ ਸਵਾਰੀ ਆ ਬੀਬੀ 10 ਰੁਪਏ ਸਵਾਰੀ ਹੈ ਉਹਨੂੰ ਕਹਿ ਦਿੰਦੀ ਉਹ ਚਲਾ ਲੈਂਦਾ ਬਸ ਠੀਕ ਹੈ ਯਾਰ 10 ਰੁਪਏ ਭਾਜੀ ਠੀਕ ਹੈ ਨਾ ਕਰੋ ਨਾ ਜਿਹੜੇ ਪਾਉਣੇ ਹੈ ਸ਼ਾਹੂਕਾਰ ਲੱਭੇ ਅਸੀਂ ਤੁਹਾਨੂੰ ਸਵੇਰੇ ਸਵੇਰ ਦੇਈ ਚੱਲ ਗਏ ਪੈਸੇ ਲੱਗਦੇ ਉਹ ਤਾਂ 20 ਆ ਲਿਆ ਬੇਬੇ ਮੈਂ ਫੜ ਲੈਣਾ ਰਹਿੰਦੇ ਤੂੰ ਸਾਰੇ ਰਾਤ ਮੈਂ ਫੜ ਰੱਖਿਆ ਹੁਣ ਚੇਤਾ ਆ ਗਿਆ ਤੇ ਮੈਂ ਫੜ ਲੈਣਾ ਸਾਰੇ ਰਾਤ ਆਪਾਂ ਟੈਂਪੂ 'ਚ ਸੀਗੇ ਤੂੰ ਦਿਖਾ ਲੈ ਅੰਦਰ ਮੈਂ ਬਾਹਰ ਖੜਾ ਠੀਕ ਹੈ ਛੇਤੀ ਆਈ ਪਤਾ ਨਹੀਂ ਡਾਕਟਰ ਵੀ ਨਖੱਤਾ ਆਇਆ ਹੋਣਾ ਕਿ ਨਹੀਂ कई बार दिमागी थकान या केमिकल इंबैलेंस से ऐसी चीजें दिखाई देती हैं जो रियल में है नहीं। अमरू तेनु पता मैं तेनु कितना प्यार कर दी हां तेनु पता मैं तेनु कितना प्यार कर दी हां हट बेबे ਦੱਸੇਗਾ ਕਿ ਮੇਰੇ ਕੋਲੇ ਹੌਂਕਣੀ ਆਇਆ ਬਈ ਉਹ ਮਿਲ ਗਈ ਕੌਣ ਮਿਲ ਗਈ ਉਹ ਚੰਡੀਗੜ੍ਹ ਵਾਲੀ ਓਏ ਉਹਦਾ ਪਹਿਲਾਂ ਵੀ ਮਿਲੀ ਸੀ ਬਈਆ ਸੱਚੀ ਮਿਲ ਗਈ ਪਹਿਲਾਂ ਤਾਂ ਖਿਆਲਾਂ 'ਚ ਹੀ ਮਿਲੀ ਸੀ ਮੈਂ ਤਾਂ ਉਹੀ ਕਹਿ ਗਿਆ ਤੇਰੇ ਕੋਲ ਓਏ ਆ ਜੋ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ
ਇਹਦੇ ਖਿਆਲ ਆਉਣੇ ਵੀ ਮਾੜੇ ਨੇ। ਸਿਆਣੇ ਕਹਿੰਦੇ ਨੇ ਵੀ ਜਿਹੜੀਆਂ ਕਲ ਜੋਗਣਾ ਹੁੰਦੀਆਂ ਨੇ ਨਾ, ਪਹਿਲਾਂ ਇਹ ਸੋਹਣੀਆਂ ਜਨਾਨੀਆਂ ਬਣ ਕੇ ਬੰਦੇ ਨੂੰ ਖਿਆਲਾਂ ਵਿੱਚ ਮਿਲਦੀਆਂ ਨੇ, ਫਿਰ ਅਸਲੀ ਜ਼ਿੰਦਗੀ ਜਾ ਕੇ ਖੂਨ ਪੀਂਦੀਆਂ। ਨਾਲੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ, ਬੰਦਾ ਕੋਈ ਮਰ ਕੇ ਸੱਪ ਬਣਦਾ, ਕੋਈ ਪ੍ਰੇਤ ਬਣਦਾ, ਪਰ ਜਨਾਨੀ ਚੜੇਲ ਦੀ ਚੜੇਲ ਹੀ ਰਹਿੰਦੀ ਹੈ। ਮੈਨੂੰ ਸਮਝ ਆ ਗਈ ਤੇਰੀ ਮਰਜ਼, ਹੁਣ ਚੱਲ ਚੱਲੀਏ ਬਾਬੇ ਘੋਰੜੂ ਨਾਥ ਕੋਲ, ਤੇਰੀ ਉਹ ਚੜੇਲ ਕਢਾ ਕੇ ਲਿਆਉਣਾ ਤੇਰੀ। ਉਹ ਆ ਤਾਂ ਸਹੀ ਲੱਗਦਾ ਬਾਈ ਦਾ, ਜੈ ਬਾਬਾ ਘੋਰੜੂ ਨਾਥ ਦੀ। ਬੜੀ ਖਤਰਨਾਕ ਰੂਹ ਹੈ, ਪਹਿਲਾਂ ਵੀ ਮਲੇਰਕੋਟਲੇ ਤੋਂ ਫੜੀ ਗਈ ਸੀ। ਬੜਾ ਸੋਹਣਾ ਰੂਪ ਬਣਾ ਕੇ ਸਾਹਮਣੇ ਆ ਕੇ ਕਹਿੰਦੀ ਹੈ, ਮੈਂ ਤਾਂ ਇੱਥੇ ਸਿਰਫ ਤੇਰੇ ਕਰਕੇ ਆਈ ਆ। ਜਿਹੜਾ ਇੱਕ ਵਾਰ ਉਹਦੇ ਤੱਕੇ ਚੜ ਗਿਆ, ਸਮਝ ਲੈ ਗੱਡੀ ਚੜ ਗਿਆ। ਪਰ ਤੂੰ ਫਿਕਰ ਨਾ ਕਰ, ਆ ਚੱਕ ਤਵੀਤ ਤੇ ਆਪਦੇ ਖੱਬੇ ਡੋਲੇ ਨਾਲ ਬੰਨ ਲਾ। ਓਏ ਖੱਬੇ ਨਾਲ ਬੰਨ ਲਾ, ਕਿਤੇ ਪੁੱਠੇ ਹੀ ਨਾ ਪੈ ਜੇ। ਹਾਂ ਭੁੱਲ ਬਖਸ਼ਾ ਲੈ ਬਾਬਾ ਕੋਲੂ ਨਾਲ। ਓਏ ਹਾਂ ਅਮਰੂ। ਹੈਲੋ ਕਿਰਤ ਵੀਰੇ, ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਯਾਰ। ਇੰਨੀ ਲੇਟ? ਬਾਈ ਮੈਂ ਬਹੁਤ ਪਰੇਸ਼ਾਨ ਹਾਂ ਯਾਰ। ਕੀ ਗੱਲ ਹੋ ਗਈ? ਬਾਈ ਤੂੰ ਮੈਨੂੰ ਚੰਡੀਗੜ੍ਹ ਦੀਆਂ ਕੁੜੀਆਂ ਬਾਰੇ ਦੱਸਿਆ ਸੀ ਨਾ। ਕਿਉਂ ਐਵੇਂ ਕਰਦੀਆਂ ਉਵੇਂ ਕਰਦੀਆਂ? ਪਰ ਮੈਨੂੰ ਇੱਕ ਗੱਲ ਦੱਸ, ਇਹ ਜਿਹੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਹੁੰਦੀਆਂ, ਉਹ ਬੰਦੇ ਦੇ ਖਿਆਲਾਂ ਚੋਂ ਨਿਕਲ ਕੇ ਉਹਦੀ ਆਮ ਜ਼ਿੰਦਗੀ 'ਚ ਵੀ ਆ ਜਾਂਦੀਆਂ? ਉਹ ਮੈਨੂੰ ਲੱਗਦਾ ਤੇਰੀ ਤਬੀਅਤ ਠੀਕ ਨਹੀਂ ਅਮਰੂ। ਮੈਂ ਬਿਲਕੁਲ ਠੀਕ ਹਾਂ ਯਾਰ, ਪਰ ਬਾਈ ਮੈਂ ਬਹੁਤ ਵੱਡੀ ਮੁਸੀਬਤ 'ਚ ਫਸ ਗਿਆ ਹਾਂ। ਹਾਂ ਦੱਸ ਕੀ ਗੱਲ ਹੋ ਗਈ? ਬਾਈ ਤੇਰੇ ਕੰਪਿਊਟਰ 'ਚ ਫੋਟੋਆਂ ਦੇਖੀਆਂ ਸੀ ਨਾ ਕੁੜੀਆਂ ਦੀਆਂ, ਉਹਨਾਂ 'ਚੋਂ ਇੱਕ ਕੁੜੀ ਮੇਰੇ ਖਿਆਲਾਂ 'ਚੋਂ ਨਿਕਲ ਕੇ ਮੇਰੀ ਅਸਲ ਜ਼ਿੰਦਗੀ 'ਚ ਆ ਗਈ। ਉਹ ਫਿਰ ਤੂੰ ਐਂ ਕਰ, ਹੋਰ ਵੀ ਤੂੰ ਜਿੰਨੀਆਂ ਫੋਟੋਆਂ ਦੇਖੀਆਂ ਸੀ ਨਾ, ਸਾਰੀਆਂ ਕੁੜੀਆਂ ਨੂੰ ਆਪਦੇ ਖਿਆਲ ਹੀ ਲੈ ਆ। ਉਹ ਕੀ ਪਤਾ ਉਹ ਵੀ ਤੇਰੀ ਅਸਲ ਜ਼ਿੰਦਗੀ 'ਚ ਆ ਜਾਣ। ਚੱਲ ਸੋ ਜਾ, ਚੱਲਾਂ ਮੈਂ। ਬਾਈ कई बार दिमागी थकान या केमिकल इंबैलेंस से ऐसी चीजें दिखाई देती हैं जो रियल में है नहीं। तेनू पता मैं तेनू कितना प्यार कर दिया? ओ फिर तू ऐ कर, होर भी तू जिन्नियां फोटोआं देखियां सी ना, सारियां कुड़ियां नू अपने ख्याल ही ले आ। बड़ी खतरनाक रूह है, बड़ा सोहना रूप बना के सामने आके कहंदी है, मैं ता इत्ते सिर्फ तेरे करके आई हां। कई बार दिमागी थकान तेनू कितना प्यार कर दिया? ऐसी चीजें दिखाई देती हैं जो रियल में है। ਵਾਹਿਗੁਰੂ ਸਤਨਾਮ। ਚਲਾ ਸੁਖਣਾ ਵੀ ਪੂਰੀ ਹੋਈ,
अज दी मस्या ना काके दी सुखना दा पार भी लथ गया। मैं ते कहनी तू भी 11 मस्या सुख ला, ब्याह हो जे तेरा, तेरी मां दा सुपना पूरा होवे, ओ भी नूं दा मुंह देखे। आ जा पुत मत्था टेकिए। अमरू तू मैनू देख के भज्जिया क्यों सी? तेनू पता है ना साडा तां ब्याह भी होया आ। जे अज तू मैनू छड्ड के भज्जिया ना ते नक्क दे गल नहीं करनी। इत्थे रुकी, मैं मत्था टेक के आई। चल वे बबिन चक। बंदर दे नाल ही बाहियां चक लंदा। कौन सी ओ? पापी तेनू भी दिखी सी? अन्या दे पिंडो नहीं आई मैं, दीदाया मैनू। तू ना ज्यादा चतराइया ना कोड़, सच सच दस दे कौन आ। पापी ओ तो मेरे ख्याल ना ख्याल च संग्रांत पुछदी सी मैनू। भला दस मैं कोई जंतरियां वेचणा लगदा? शकल तो उदां दा ही लगदा। तू चलो मम्मी नाल। पापी मैं जाकर नू मिलके आउणा है। छेती आ जी। आहो आहो। फिर भज गया। हाय रब, आ तो जिंदगी बनाती मेरी, हुण आऊ जीन दा स्वाद। की हाला चाचा? ठीक है ठीक है। की चाहिए? किवें अमरू? थोड़ी चाची होने पुत पंती नू भी दस दी कोई भूत भत नहीं है। हां मैनू ले फिरदा सी डेरे आते। ਉਹ ਕੀ ਹਾਲ ਨੇ ਮੇਰੇ ਵੀਰ ਦੇ? ਬਾਈ ਮੈਂ ਤਾਂ ਬਿਨਾਂ ਖੰਭਾਂ ਤੋਂ ਨਾ ਉੱਚੇ ਅਸਮਾਨਾਂ 'ਚ ਉੜਦਾ ਫਿਰਨਾ। ਜ਼ਿੰਦਗੀ ਜੀਣ ਦਾ ਨਜ਼ਾਰਾ ਤਾਂ ਹੁਣ ਆਇਆ। ਉਹ ਬੜਾ ਖੁਸ਼ ਲੱਗਦਾ ਮਰੂਆ, ਕੀ ਗੱਲ ਆ? ਬਾਈ ਪੁੱਛਣਾ, ਤੂੰ ਐਂ ਦੱਸ ਤੂੰ ਪਿੰਡ ਕਦੋਂ ਆਉਣਾ? ਉਹ ਪਿੰਡ ਜਦੋਂ ਤੂੰ ਕਹੇਂਗਾ ਉਦੋਂ ਆ ਜਾਵਾਂਗੇ। ਪਿੰਡ ਵਾਲੀ ਕਿਹੜੀ ਗੱਲ ਹੈ ਵੀਰੇ? ਫਿਰ ਤੂੰ ਛੇਤੀ ਆ ਜਾ, ਤੈਨੂੰ ਇੱਕ ਜ਼ਰੂਰੀ ਗੱਲ ਦੱਸਣੀ ਆ। ਕਿਰਤ, ਹਾਂ ਇੱਕ ਗੱਲ ਹੈ ਬਾਈ, ਜੋ ਮਰਜ਼ੀ ਕਹਿ ਲਓ ਪਰ ਆਪਣਾ ਅਮਰੂ ਬਾਈ ਹੈ ਬੜਾ ਇੰਟਰਸਟਿੰਗ ਬੰਦਾ। ਸਹੀ ਗੱਲ ਹੈ ਬੰਮੜੋ, ਜਿਵੇਂ ਮੈਂ ਕਦੇ ਕੋਈ ਕੁੜੀ ਨਹੀਂ ਦੇਖੀ ਹੁੰਦੀ ਜਾਂ ਕਿਸੇ ਕੁੜੀ ਨੇ ਮੈਨੂੰ ਨਹੀਂ ਦੇਖਿਆ। ਤੈਨੂੰ ਇੱਕ ਗੱਲ ਦੱਸਦਾ ਬਾਈ, ਭਾਵੇਂ ਮੈਂ ਦੇਸੀ ਹਾਂ ਪਰ ਅਸਲੀ ਘਿਓ ਅਤੇ ਅਸਲੀ ਇਸ਼ਕ ਇਹ ਦੇਸੀ ਹੁੰਦੇ ਨੇ, ਬਾਕੀ ਦਾ ਸਭ ਸਾਡਾ ਡਿਪੋ ਦੇ ਮਾਲ ਹੈ। ਫਿਰ ਤੂੰ ਮੇਰੇ ਵਾਲੀ ਦੇਖ ਲਏਗਾ ਨਾ, ਸਭ ਭੁੱਲ ਜਾਏਗਾ, ਚੰਡੀਗੜ੍ਹ ਵਾਲੀਆਂ ਵੀ ਖਿੱਚ ਪਏਗਾ। ਅੱਜ ਸਾਡੇ ਅਮਰੂ ਚ ਬੋਲਦੀ ਆ ਰਾਜੇ ਦੀ, ਰਾਜੇ ਦੀ। ਮੈਨੂੰ ਲੱਗਦਾ ਉਹ ਉੱਥੋਂ ਟੀਸੀ ਵਾਲਾ ਬੇਰ ਤੋੜ ਲਿਆ ਮੇਰਾ ਵੀਰ। ਪਰੀ ਆ ਉਹ ਪਰੀ, ਪਰੀਆਂ ਤੋਂ ਵੀ ਸੋਹਣੀ, ਬਹੁਤ ਸੋਹਣੀ ਆ, ਮਰਦੀ ਆ ਤੇਰੇ ਵੀਰ ਤੇ। ਜੇ ਮਰਦੀ ਅਮਰੂਆ ਫਿਰ ਰੌਲਾ ਕਾਹਦਾ, ਤੜਕੇ ਹੀ ਲਾਵਾਂ ਲੈ ਲਈਏ। ਪਰ ਬਾਈ ਤੈਨੂੰ ਵੀ ਤਾਂ ਦਿਖਾਉਣੀ ਆ ਕਿ ਨਹੀਂ? ਚੱਲ ਚੱਕੋ ਪੈਗ ਫਿਰ, ਸਵੇਰੇ ਕਿਤੇ ਵੇਖੀ ਉੱਤਰੀ ਚ ਭੁੱਲ ਹੀ ਨਾ ਜਾਈ ਭਰਾਵਾਂ ਨੂੰ। ਪੱਕਾ ਵੀਰੇ। ਬਈ ਨਾ ਤਾਂ ਸਵੇਰ ਦੀ ਇਹਦੀ ਹੀਰ ਲੱਭੀ ਹੈ ਨਾ ਸਾਨੂੰ ਖਾਣ ਨੂੰ। ਹੋਰ ਬਾਈ ਸਵੇਰ ਦੇ ਭਜਾ ਭਜਾ ਕੇ ਭੁੱਖੇ ਮਾਰਤੇ ਯਾਰ। ਹੋਰ ਕੀ, ਚੱਲ ਐਂ ਕਰ ਮਿੱਠਿਆ ਕੁਝ ਖਾਣ ਨੂੰ ਫੜ ਲਿਆ, ਪੀਣ ਨੂੰ ਵੀ ਲੈ ਆਈ। ਓਏ ਬਾਈ ਕੱਲੀ ਕੱਲੀ ਜਗ੍ਹਾ ਤਾਂ ਦਿਖਾਤੀ ਜਿੱਥੇ ਅਸੀਂ ਮਿਲਦੇ ਹੁੰਦੇ। ਉਹ ਸੌਰੇ ਆ ਸੀ ਕੁੜੀ ਦੇਖਣ ਆਏ ਆ, ਤੇਰੀ ਡੇਟਿੰਗ ਪਲੇਸ ਨਹੀਂ ਯਾਰ। ਫੋਨ ਕਰਕੇ ਉਹਨੂੰ ਇੱਥੇ ਸੱਦ ਲੈ, ਉਹ ਸੱਦੂਗਾ ਤਾਂ ਜੇ ਕੋਈ ਹੋਊ। ਹੋਰ ਕੀ ਬਾਈ, ਆ ਗਈ ਉਹਦੇ ਗੁਲਾਬ ਚੁੰਨੀ ਵਾਲੀ, ਕਿਹਾ ਸੀ ਨਾ ਇੱਥੇ ਮਿਲੂ। ਆ ਕੁੜੀ? ਹਾਂ ਬਾਈ ਆਹੀ ਆ ਜਿਹਦੀ ਮੈਂ ਰਾਤ ਗੱਲ ਕਰਦਾ ਸੀ, ਇਹ ਤੇ ਮੇਰੇ ਕਰਕੇ ਆਈ ਆ। ਤੇਰੇ ਕਰਕੇ ਆਈ ਆ?
ਉਹ ਪਾਗਲ ਤੇ ਨਹੀਂ ਹੋ ਗਿਆ? ਕਿੱਥੇ ਉਹ ਕੁੜੀ ਤੇ ਕਿੱਥੇ ਤੂੰ? ਹੋਰ ਕੀ ਬਾਈ, ਆਹੀ ਆ ਮਰੀ ਪਈ ਆ ਤੇਰੇ ਵੀਰ ਤੇ। ਮੈਨੂੰ ਪਤਾ ਕੀ ਕਹਿੰਦੀ ਆ, ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਅਮਰੂ ਫੋਨ ਦੇ ਇੱਕ ਵਾਰੀ ਆਪਦਾ ਲਿਆ। ਫੋਨ ਆਨ ਰੱਖੀ, ਹੁਣ ਇਹ ਪਤਾ ਲੱਗ ਜੂ ਕਿੰਨਾ ਕੁ ਮਰਦੀ ਆ ਤੇਰੇ ਤੇ। ਜਾ ਮੇਰਾ ਵੀਰ ਕਮਲਾ। ਅਮਰੂ, ਤੈਨੂੰ ਉਸ ਦਿਨ ਗੁਰਦੁਆਰੇ ਰੁਕਣ ਨਹੀਂ ਕਿਹਾ ਸੀ, ਤੂੰ ਚਲਾ ਕਿਉਂ ਗਿਆ? ਚਲਾ ਕਾਹਨੂੰ ਗਿਆ ਸੀ ਜੀ, ਮੈਂ ਤਾਂ ਜ਼ਰੂਰੀ ਕੰਮ ਯਾਦ ਆ ਗਿਆ ਸੀ। ਮੇਰੇ ਤੋਂ ਇੰਪੋਰਟੈਂਟ ਕਿਹੜਾ ਕੰਮ ਸੀ ਤੈਨੂੰ? ਜ਼ਰਾ ਮੈਨੂੰ ਵੀ ਤਾਂ ਪਤਾ ਲੱਗੇ। ਤੈਨੂੰ ਪਤਾ ਹੈ ਅਮਰੂ, ਇੱਥੇ ਮੈਂ ਸਿਰਫ ਤੇਰੇ ਕਰਕੇ ਆਈ ਹਾਂ, ਔਰ ਤੂੰ ਇਹ ਕਿ ਮੈਨੂੰ ਪੁੱਛਦਾ ਵੀ ਨਹੀਂ। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਬਾਈ ਤੂੰ ਤਾਂ ਕਹਿੰਦਾ ਤੁਹਾਡੀ ਭਾਬੀ ਬਣਨ ਵਾਲੀ ਹੈ ਇਹ, ਪਰ ਸਾਨੂੰ ਤਾਂ ਲੱਗਦਾ ਹੈ ਤੇਰੀ ਵੀ ਭਾਬੀ ਬਣਨ ਵਾਲੀ ਹੈ। ਡੈਡ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਸੀ। ਸ਼ੁਕਰ ਹੈ ਵਾਹਿਗੁਰੂ ਦਾ, ਤੈਨੂੰ ਵੀ ਸਾਡੇ ਨਾਲ ਕੋਈ ਜ਼ਰੂਰੀ ਕੰਮ ਪਿਆ, ਅਦਰਵਾਈਜ਼ ਤੇਰੇ ਕੋਲ ਸਾਡੇ ਵਾਸਤੇ ਟਾਈਮ ਕਿੱਥੇ ਹੈ? ਹਾਂ ਦੱਸ। ਡੈਡ, ਮੈਨੂੰ ਲੱਗਦਾ ਸਿਮਰਨ ਦੇ ਦਿਲ 'ਚ ਕੋਈ ਹੋਰ ਹੈ। ਮਤਲਬ? ਮੰਮੀ ਮਤਲਬ ਉਹ ਮੈਨੂੰ ਨਹੀਂ, ਕਿਸੇ ਹੋਰ ਨੂੰ ਪਸੰਦ ਕਰਦੀ ਹੈ। ਉਹ ਨਹੀਂ ਯਾਰ, ਬਾਜਵੇ ਨੇ ਮੈਨੂੰ ਦੱਸਿਆ ਸੀ ਕਿ ਸਿਮਰਨ ਨੇ ਤੇਰੀ ਫੋਟੋ ਦੇਖ ਕੇ ਤੈਨੂੰ ਪਸੰਦ ਕੀਤਾ। ਤੈਨੂੰ ਐਵੇਂ ਕਿਸੇ ਨੂੰ ਕੁਝ ਕਹਿ ਤਾ ਹੋਣਾ? ਨਹੀਂ ਡੈਡ, ਮੈਂ ਆਪਣੇ ਅੱਖੀਂ ਉਹਨੂੰ ਕਿਸੇ ਹੋਰ ਨਾਲ ਦੇਖ ਕੇ ਆ ਰਿਹਾ। ਕਰੋ ਬਾਜਵੇ ਨੂੰ ਫੋਨ। ਟਾਈਮ ਬਹੁਤ ਹੋ ਗਿਆ, ਸਵੇਰੇ ਗੱਲ ਕਰਾਂਗੇ। ਤੂੰ ਖਾਣਾ ਖਾ। ਔਲਖ ਸਾਹਿਬ, ਅਸੀਂ ਆਪਣੀ ਬੇਟੀ ਪੁੱਤਾਂ ਦੀ ਤਰ੍ਹਾਂ ਪਾਲੀ ਹੈ, ਉਹਦੇ ਦਿਲ ਵਿੱਚ ਕੋਈ ਗੱਲ ਹੁੰਦੀ ਤਾਂ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਦੀ। ਮੈਨੂੰ ਲੱਗਦਾ ਕਿਰਤ ਨੂੰ ਕੋਈ ਗਲਤ ਫਹਿਮੀ ਹੋ ਗਈ ਹੈ, ਬਾਕੀ ਅਸੀਂ ਸਿਮਰਨ ਨਾਲ ਗੱਲ ਕਰ ਲੈਂਦੇ ਹਾਂ। ਹਾਂ ਸਿਮਰਨ। Hi ਕਿਰਤ, how are you? ਹਾਂ ਮੈਂ ਵਧੀਆ, ਤੁਸੀਂ ਦੱਸੋ ਕਿੱਦਾਂ? ਤੁਸੀਂ ਮੈਨੂੰ ਕਿਹਦੇ ਨਾਲ ਘੁੰਮਦੇ ਫਿਰਦੇ ਦੇਖ ਲਿਆ? ਅਮਰੂ ਨਾਲ ਸਿਮਰਨ। ਅਮਰੂ, you know ਅਮਰੂ? ਹਾਂ, ਉਹ ਮੇਰਾ ਬਚਪਨ ਦਾ ਫਰੈਂਡ ਹੈ ਸਿਮਰਨ। Okay, I'll call you later. Yeah. ਐਕਸਕਿਊਜ਼ ਮੀ, ਤੁਸੀਂ ਦੱਸ ਸਕਦੇ ਅਮਰਜੀਤ ਦਾ ਘਰ ਕਿੱਥੇ ਆ? ਹੈ ਜੀ, ਕੌਣ ਜੀ? ਅਮਰੂ। ਅਮਰੂ, ਉਹ ਜੀ ਗਾਹਾਂ ਜਾ ਕੇ ਨਾ ਸੱਜੇ ਮੁੜ ਜਾਓ, ਭੰਤੀ ਨਾਲ ਹੋਊਗਾ ਖੇਤਾਂ 'ਚ। ਓਕੇ, ਥੈਂਕ ਯੂ। ਓਏ, ਤੂੰ ਤਾਂ ਕਹਿੰਦਾ ਸੀ ਅਮਰੂ ਗੱਪ ਮਾਰਦਾ, ਕੈਟਰੀਨਾ ਕੈਫ ਨਾਲੋਂ ਵੀ ਸੋਹਣੀ ਕੁੜੀ ਲੱਭਦੀ ਫਿਰਦੀ ਆ ਉਹਨੂੰ। ਇਹੀ ਤਾਂ ਮੈਂ ਹੈਰਾਨ ਹਾਂ। ਮੈਨੂੰ ਕਹਿੰਦੀ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ, ਤੇਰੇ ਬਿਨਾਂ ਰਹਿ ਨਹੀਂ ਸਕਦੀ। ਮੈਨੂੰ ਕਹਿੰਦੀ ਵਿਆਹ ਤੋਂ ਬਾਅਦ ਤੈਨੂੰ ਸ਼ਹਿਰ ਲੈ ਕੇ ਜਾਣਾ। ਨਾ ਦੱਸ ਭੰਤੀ, ਇੱਥੇ ਕਿਸੇ ਚੀਜ਼ ਦਾ ਘੱਟ ਹੈ? ਇਹ ਜਿਹੜਾ ਜਨਾਨੀ ਨਾਲ ਦਾ ਜੀਵ ਹੈ ਨਾ ਅਮਰੂਆ, ਯਾਰ ਇੱਕ ਤਾਂ ਤੂੰ ਆ ਕਥਾ ਜੀ ਨਾ ਸ਼ੁਰੂ ਕਰਿਆ ਕਰ ਬਾਰ ਬਾਰ। ਇਹ ਬੰਦੇ ਦੀ ਮੱਤ ਮਾਰ ਲੈਂਦਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਰੀ ਕੀ ਜਾਂਦਾ। ਹੁਣ ਤੂੰ ਆਇਆ ਤਾਂ ਪੱਠੇ ਵੱਢਣ ਤੀ, ਪੱਟੀ ਜਾਂਦਾ ਦਾਤੀ ਨਾਲ ਮਿੱਟੀ। ਉਹ ਕਰੀ ਤਾਂ ਜਾਂਦਾ, ਹੋਰ ਕਿਵੇਂ ਕੰਮ ਕਰੀਦਾ? ਦੋ ਕਿਆਰੇ ਵੱਢਤੇ, ਮੱਝ ਮੈਂ ਨਵਾਤੀ। ਮੱਝ ਨਵਾਉਣ ਨੂੰ ਕੀ ਤੀ, ਉਹਨੇ ਸਾਲੀ ਨੇ ਕਚਹਿਰੀਆਂ ਤਰੀਕ ਭੁਗਤਣ ਜਾਣਾ ਦੀ ਅੱਜ। ਹਾਂ, ਤੇਰੇ ਤੇ ਦਾਜ ਦਾ ਕੇਸ ਪਾਇਆ ਹੋਇਆ ਨਾ ਉਹਨੇ। ਲੈ, ਦਾਜ ਦੇ ਕੇਸ ਨੂੰ ਮੈਂ ਜੋਗੇ ਰੱਲੇ ਵਿਆਹਿਆ ਹੋਇਆ। ਕੌੜ ਦੁੰਬਿਆਂ ਦੇ ਖੇਤ ਚ ਟਮਾਟਰ ਕਿੱਥੋਂ ਬਈ? ਹੈ ਅਮਰੂ, ਇਹ ਤਾਂ ਸੱਚੀ ਮਿੱਚੀ ਦੀ ਜਨਾਨੀ ਹੈ ਯਾਰ। ਹਾਂਜੀ, ਚੱਲ ਮੇਰੇ ਨਾਲ। ਕਿੱਥੇ ਜੀ? ਗੱਡੀ ਵਿੱਚ ਪੈ। ਅੱਛਾ ਜੀ।
ਇਹ ਚੰਡੀਗੜ੍ਹ ਵਾਲੀ ਹੈ ਜਾਂ ਮਲੇਰਕੋਟ ਵਾਲੀ? ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਅਮਰੂ, ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ? ਪਤਾ ਹੈ ਕਿੰਨਾ? ਐਨਾ। ਤੇਰੇ ਬਚਪਨ ਦੀ ਦੋਸਤ ਆਇਆ ਯਾਰ। ਮੈਂ ਉਸ ਦਿਨ ਹੈਲਥ ਸੈਂਟਰ ਦੇ ਬਾਹਰ ਤੈਨੂੰ ਤੇਰੀ ਬੇਬੇ ਨਾਲ ਦੇਖ ਕੇ ਪਛਾਣ ਲਿਆ ਸੀ। ਇਹੀ ਯਾਦ ਕਰਾਉਣ ਲਈ ਮੈਂ ਤੈਨੂੰ ਬਾਰ ਬਾਰ ਹਿੰਟ ਦਿੱਤੇ, ਪਰ ਤੈਨੂੰ ਕੁਝ ਯਾਦ ਹੀ ਨਹੀਂ ਆ ਰਿਹਾ ਸੀ। ਹੁਣ ਤਾਂ ਜੀ ਮੈਨੂੰ ਆਪਣੀ ਪਹਿਲੀ ਮੁਲਾਕਾਤ ਵੀ ਯਾਦ ਆ ਗਈ, ਜਦੋਂ ਤੁਸੀਂ ਮੋਚੀ ਦੇ ਕੋਲ ਆਪਣੀ ਭੋਲੀ ਮਾਸੀ ਦੇ ਨਾਲ ਆਪਣੇ ਟੁੱਟੇ ਹੋਏ ਸੈਂਡਲ 'ਚ ਕਿਲ ਮਰਾਉਣ ਆਏ ਸੀ, ਤੇ ਤੁਹਾਨੂੰ ਦੇਖਣ ਦੇ ਬਹਾਨੇ ਮੈਂ ਆਪਣੇ ਪੁਰਾਣੇ ਬੂਟਾਂ 'ਚ ਪਤਾਵੇ ਪਾਉਣ ਆ ਗਿਆ ਸੀ। ਤੇਰੇ ਪੈਸੇ ਮੁੱਕ ਗਏ ਸੀ ਤੇ ਮੇਰੀ ਭੋਲੀ ਮਾਸੀ ਨੇ ਦਿੱਤੇ ਸੀ। ਤੇ ਦੂਜੀ ਵਾਰੀ ਤੁਹਾਡੀ ਮਾਸੀ ਦੇ ਪਿੰਡ ਜਦੋਂ ਮੈਂ ਰਾਮਲੀਲਾ 'ਤੇ ਆਇਆ ਸੀ ਤੁਹਾਨੂੰ ਦੇਖਣ, ਉੱਧਰ ਲਛਮਣ ਮੂਰਛਿਤ ਹੋਇਆ, ਇੱਧਰ ਤੁਹਾਨੂੰ ਦੇਖ ਕੇ ਮੈਂ ਹੋ ਗਿਆ, ਤੇ ਤੁਸੀਂ ਆਪਣੀ ਸਹੇਲੀ ਦੀ ਕਾਪੀ ਦਾ ਗੱਤਾ ਪੜ ਕੇ ਮੈਨੂੰ ਝੱਲ ਮਾਰੀ ਸੀ। ਤੇ ਸਾਡੀ ਤੀਜੀ ਮੁਲਾਕਾਤ ਪਿੰਡ ਦੀ ਸ਼ਬੀਲ ਤੇ ਹੋਈ ਸੀ, ਜਿੱਥੇ ਤੂੰ ਸਾਰਿਆਂ ਨੂੰ ਇਗਨੋਰ ਮਾਰ ਕੇ ਮੈਨੂੰ ਡੋਲੂ ਭਰ ਭਰ ਕੇ ਸ਼ਬੀਲ ਦਿੱਤੀ ਸੀ, ਤੇ ਚੋਲੇ ਪੂਰੀਆਂ ਦੇਣ ਤਾਂ ਮੈਂ ਤੁਹਾਡੇ ਘਰੇ ਆ ਗਿਆ ਸੀ। ਤੇ ਉਦੋਂ ਬਾਅਦ ਤੂੰ ਰੋਜ਼ ਸਾਡੇ ਘਰ ਟੀਵੀ ਦੇਖਣ ਦੇ ਬਹਾਨੇ ਆਉਂਦਾ ਸੀ। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ? ਹਾਂ ਪਤਾ ਹੈ ਰੱਬ ਜਿੰਨਾ। ਤੇ ਉਹੀ ਫਿਲਮਸ ਦੇ ਸੀਨ ਆਪਾਂ ਇੱਥੇ ਕਰਦੇ ਹੁੰਦੇ ਸੀ। Oh my God, kine sone din si. I still miss them. Main vi kinna stupid hai Simran, tere bare pata nahi ki kuch sochda reha. Hor vi kuch puchna hai ta hune puch lo, vyah to baad main koi raaz nahi dasna. Raaz? Hor vi koi raaz wali gal hegi? Canada to aayi hain. ਜਿੱਥੇ ਦੋ ਤਿੰਨ ਬੁਆਏਫ੍ਰੈਂਡ ਹੋਣਾ ਤਾਂ ਨਾਰਮਲ ਜਿਹੀ ਗੱਲ ਆ। ਦੋ ਤਿੰਨ ਬੁਆਏਫ੍ਰੈਂਡ? ਫਿਰ ਇੱਥੇ ਚੰਡੀਗੜ੍ਹ 40-50 ਤਾਂ ਜੱਟ ਦੇ ਪਿੱਛੇ ਵੀ ਹੈਗੀਆਂ ਨੇ। ਓ ਮਾਈ ਗਾਡ, 40-50? 40-50 ਨਹੀਂ ਤੇ ਫਿਰ 15-20 ਤੇ ਲਾ ਹੀ ਲਓ ਨਾ ਜੀ। 15-20 ਵੀ ਜ਼ਿਆਦਾ ਹੀ ਆ। ਸੱਚ ਸੱਚ ਦੱਸੋ। ਸੱਚ ਦੱਸਾਂ ਸਿਮਰਨ, ਜਿੱਦਣ ਦਾ ਤੈਨੂੰ ਦੇਖਿਆ ਨਾ, ਜ਼ਿੰਦਗੀ 'ਚ ਬਸ ਇੱਕੋ ਹੀ ਕੁੜੀ ਰਹਿ ਗਈ ਹੈ ਜਿਹੜੀ ਸੋਹਣੀ ਲੱਗਦੀ ਹੈ, ਤੇ ਉਹ ਆ ਤੂੰ। ਤੈਨੂੰ
लग पई वे फिर तेरी याद आई वे मैं रोन लग पई फिर तेरी याद आई वे मैं रोन लग पई तेनू याद है सिमरन आखिरी बार तू मैनू अगलिया गर्मियों की छुट्टियां मिलन का वादा करके गई सी अमरू मेरी गर्मियों दी छुट्टियां खत्म हो गई ने मैं पिंड वापस जा रही हूं फिर मैं किदे नाल खेडिया करूंगा अगले साल गर्मी दी छुट्टियां विच मैं फिर वापस आवांगी मैं उड़ीकदा रहा कई गर्मियों दी छुट्टियां लंघ गईं पर तू नहीं आई तेरी मासी तो पता लग गया कि तू हमेशा हमेशा लिए कनेडा चली गई है मैं उपरों लंघदे हर जहाज के पिछे भजदा ना जा सिमरन ना जा ते आखर नूं जहाज बदलां च दूर किते लुक जांदा ते मैं फिर कल्ला रह जांदा परदा तेरे बिन हम किथे जावा मैं दिल नू की समझावा किथे जावा मैं परदा तेरे बिन हम किथे जावा मैं ਸੱਚੀਆਂ ਯਾਰ ਪਤਾ ਹੀ ਨਹੀਂ ਲੱਗਿਆ ਕਦੋਂ ਮੇਰੇ ਖਿਆਲਾਂ 'ਚ ਆਈ ਅਤੇ ਕਦੋਂ ਮੇਰੀ ਜ਼ਿੰਦਗੀ 'ਚ ਵੀ ਆ ਗਈ ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਗ੍ਰਹਿਤੀ ਇਹਦੇ ਬਾਰੇ ਸਾਲੀ ਦੂਜੀ ਗੱਲ ਕੋਈ ਹਾਈ ਹੋਈ ਨਹੀਂ ਬਸ ਇੱਕੋ ਹੀ ਗੱਲ ਹੈ ਉਹ ਕਿਹੜੀ ਉਹ ਹੁਣ ਮੈਂ ਭੁੱਲ ਗਿਆ ਯਾਰ ਤੂੰ ਐਂ ਕੋ ਗੂਜਾ ਬਣ ਕੇ ਬੈਠਾ ਰਹੀ ਉਹਨੇ ਫੇਰ ਮੁੜ ਕੇ ਕੈਨੇਡਾ ਨੂੰ ਜਹਾਜ਼ ਚੜ੍ਹ ਜਾਣਾ ਐਂ ਨਾ ਕਹਿ ਯਾਰ ਮੈਂ ਤਾਂ ਜਿਉਂਦੇ ਮਰ ਜੂੰ ਇਹ ਗੱਲਾਂ ਸਾਨੂੰ ਕੀ ਦੱਸਦਾ ਉਹਦੇ ਨਾਲ ਜਾ ਕੇ ਕਰਨਾ ਗੱਲ ਨਾ ਉਹਨੂੰ ਜਿਵੇਂ ਪਤਾ ਨਹੀਂ ਸਾਡੀ ਕਹਾਣੀ ਤਾਂ ਬਚਪਨ ਦੀ ਉਹ ਚੱਲਦੀ ਹੈ ਉਹ ਕਮਲਾ ਨਾ ਹੋ ਬਚਪਨ ਦੀਆਂ ਗੱਲਾਂ ਬਚਪਨ 'ਚ ਹੀ ਨਿਬੜ ਜਾਂਦੀਆਂ ਹੁੰਦੀਆਂ ਨੇ ਹੁਣ ਗੱਲ ਕਰ ਉਹਦੇ ਨਾਲ ਜਾ ਕੇ ਨਾਲੇ ਤੂੰ ਕਹਿੰਦਾ ਸੀ ਰੋਟੀ ਦਾ ਵੀ ਇੰਤਜ਼ਾਮ ਇੱਥੇ ਕੀਤਾ ਹੋਇਆ ਕੀਤਾ ਹੋਇਆ ਮੈਂ ਤੁਹਾਡੇ ਤਿੰਨਾਂ ਦੇ ਘਰੇ ਸੁਨੇਹਾ ਭੇਜਿਆ ਹੋਇਆ ਬਈ ਉਹ ਮੁਫ਼ਤ ਦੀ ਦਾਰੂ ਡੱਪ ਕੇ ਆਉਣਗੇ ਰੋਟੀ ਬਣਾ ਕੇ ਰੱਖਿਓ ਬੱਲੇ ਓਏ ਤੇਰੀ ਮੇਜ਼ਬਾਨੀ ਦੇ
ਉਹ ਦੇਖ ਕਿਵੇਂ ਆਂਦਾ ਮੋਰ ਪਹਿਲਾਂ ਪਾਉਂਦਾ। ਬਾਈ ਕਹੇ ਤਾਂ ਝਾੜ ਦੀਏ ਖੰਭ ਇਸ ਮੋਰ ਦੇ। ਕਿੱਦਾਂ ਮਾਮਾ? ਕੀਰਤੇ ਕੀਰਤੇ, ਮੈਂ ਵੀ ਸੋਚ ਹੀ ਰਿਹਾ ਸੀ ਤੈਨੂੰ ਸਭ ਤੋਂ ਵੱਡੀ ਖੁਸ਼ਖਬਰੀ ਸੁਣਾਉਣੀ ਹੈ, ਅੱਜ ਕਿਤੇ ਕੀਰਤ ਮੈਨੂੰ ਮਿਲ ਜਾਏ, ਆ ਦੇਖ ਲੈ ਰੱਬ ਨੇ ਮੇਰੀ ਸੁਣ ਲਈ ਬਾਈ। ਓਹੋ ਅੱਛਾ, ਪੈਗ ਪੀਤੇ ਜਾ ਰਹੇ ਨੇ ਸਾਲਿਓ, ਨੀਟੀ ਤੱਬੀ ਫਿਰਦੇ ਹੋਏ। ਬਾਈ ਮੈਂ ਅੱਜ ਸਿਮਰਨ ਨੂੰ ਆਪਣੇ ਦਿਲ ਦੀ ਗੱਲ ਕਹਿਤੀ। ਜਾਤ ਦੀ ਕੋੜ ਕਿਰਲੀ ਦਾ ਜਦੋਂ ਚੱਫਾ ਪੈਂਦਾ ਨਾ ਸ਼ਤੀਰ ਨਾਲ, ਤੁਹਾਨੂੰ ਇਹ ਪਤਾ ਨਹੀਂ ਲੱਗਦਾ ਕਿ ਉਹਨੇ ਸ਼ਤੀਰ ਨਹੀਂ ਚੱਕਿਆ ਹੋਇਆ, ਸਗੋਂ ਉਹ ਆਪ ਸ਼ਤੀਰ ਦੇ ਥੱਲੇ ਹੈ। ਹਾਂ ਇਹ ਤਾਂ ਹੈ ਬਾਈ, ਮੈਂ ਵੀ ਕਈ ਵਾਰੀ ਦੇਖਿਆ। ਪਰ ਤੂੰ ਇਹ ਨਹੀਂ ਸੋਚਿਆ ਹੋਣਾ ਕਿ ਉਹ ਸ਼ਤੀਰ ਤੇਰੇ ਉੱਤੇ ਵੀ ਡਿੱਗ ਸਕਦਾ। ਕੀ ਤੁਸੀਂ ਕੋੜ ਕਿਰਲੀਆਂ ਸ਼ਤੀਰ ਵਾਲੀਆਂ ਗੱਲਾਂ ਕਰੀ ਜਾਂਦੇ ਹੋਏ? ਵੈਸੇ ਕਿਸਮਤ ਦੀ ਗੱਲ ਹੈ ਵੀਰੇ, ਸੋਹਣਾ ਸੁਨੱਖਾ ਤੂੰ, ਪੈਸਾ ਧੇਲਾ ਤੇਰੇ ਕੋਲ, ਵੱਡੀ ਗੱਡੀ ਤੇਰੇ ਕੋਲ, ਵੱਡੇ ਸ਼ਹਿਰ ਚੰਡੀਗੜ੍ਹ 'ਚ ਰਹਿੰਦਾ ਤੂੰ, ਪਰ ਜਿਹੜੀ ਅੰਗਰੇਜ਼ੀ ਬੋਲਣ ਵਾਲੀ ਤੇਰੇ ਕੋਲ ਹੋਣੀ ਚਾਹੀਦੀ ਸੀ ਉਹ ਤੇਰੇ ਬਾਈ ਕੋਲ ਆ। ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਅਮਰੂਆ, ਸੜ ਗਿਆ ਮੈਂ। ਕੀ ਗੱਲ ਬਾਈ, ਤੈਨੂੰ ਸੁਣ ਕੇ ਖੁਸ਼ੀ ਨਹੀਂ ਹੋਈ? ਅਮਰੂ, ਇੱਕ ਤੋਂ ਇੱਕ ਸੋਹਣੀ ਕੁੜੀ ਦਾ ਰਿਸ਼ਤਾ ਆਇਆ, ਪਰ ਮੈਂ ਕਦੀ ਕਿਸੇ ਨੂੰ ਹਾਂ ਨਹੀਂ ਕੀਤੀ, ਤੇ ਜੇ ਹਾਂ ਕੀਤੀ ਤਾਂ ਸਿਰਫ ਸਿਮਰਨ ਨੂੰ। ਹਾਂ ਹੀ ਨਹੀਂ ਓਏ, ਮੈਂ ਤੁਹਾਨੂੰ ਪਿਆਰ ਵੀ ਕਰ ਬੈਠਾ। ਸਿਮਰਨ? ਅੱਛਾ ਤੇਰੇ ਵਾਲੀ ਦਾ ਨਾਮ ਵੀ ਸਿਮਰਨ ਆ? ਮੈਂ ਵੀ ਸ਼ਰਤ ਲਾ ਕੇ ਕਹਿੰਦਾ ਕੀਰ, ਤੇਰੇ ਵਾਲੀ ਸਿਮਰਨ ਮੇਰੇ ਵਾਲੀ ਤੋਂ ਸੋਹਣੀ ਨਹੀਂ ਹੋਣੀ। ਸਾਲੋ ਮੈਂ ਤਾਂ ਪਹਿਲੇ ਦਿਨ ਹੀ ਦਿਖਾਤੀ ਸੀ, ਤੂੰ ਵੀ ਦਿਖਾ, ਫੋਟੋ ਹੋਊਗੀ ਤੇਰੇ ਕੋਲ, ਦਿਖਾ, ਫੋਨ ਕੱਢ ਆਪਣਾ, ਦੇਖ ਲੈ ਆਪਣੇ ਵਾਲੀ ਵੀ ਕੋਈ ਬੈਠਾ ਸੀ, ਦਿਖਾ। ਹਾਂ ਅਮਰੂਆ, ਆਹੀ ਸਿਮਰਨ, ਹੁਣ ਤੂੰ ਹੀ ਦੱਸ, ਮੈਂ ਇਹਨੂੰ ਕਿਸਮਤ ਦੀ ਮਾਰ ਕਵਾਂ ਕਿ ਯਾਰ ਮਾਰ ਕਵਾਂ? ਤੁਸੀਂ ਵੀ ਬਾਈ ਕਿਹਦੀਆਂ ਗੱਲਾਂ 'ਚ ਆ ਗਏ? ਮੇਰੇ 'ਤੇ ਤਾਂ ਮੇਰੀ ਬੇਬੇ ਨਹੀਂ ਯਕੀਨ ਕਰਦੀ, ਉਹ ਤੂੰ ਕਦੋਂ ਕਰਨ ਲੱਗਿਆ? ਮੈਂ ਤਾਂ ਯਾਰ ਪੇਂਡੂ ਜਿਹਾ ਮੁੰਡਾ, ਨਾ ਮੈਂ ਸੋਹਣਾ, ਨਾ ਮੈਂ ਸੁਨੱਖਾ, ਨਾ ਮੇਰੇ ਕੋਲ ਪੈਸਾ ਧੇਲਾ, ਨਾ ਮੇਰੇ ਕੋਲ ਵੱਡੀ ਗੱਡੀ, ਇੰਨੀ ਸੋਹਣੀ ਕੁੜੀ ਮੇਰੇ 'ਤੇ ਕਿਵੇਂ ਮਰ ਜੂਗੀ? ਬਾਈ ਮੈਂ ਤਾਂ ਇਹਦੇ ਨਾਲ ਵੀ ਮਜ਼ਾਕ ਕਰਦਾ ਸੀ। ਪਹਿਲਾਂ ਮਜ਼ਾਕ ਕਰ ਰਿਹਾ ਸੀ ਕਿ ਹੁਣ ਮਜ਼ਾਕ ਕਰ ਰਿਹਾ? ਹੁਣ ਨੂੰ ਬਾਈ ਆਪਾਂ ਕਿਤੇ ਅੱਜ 'ਤੇ ਜਾਣਦੇ ਹਾਂ, ਮੈਨੂੰ ਆਪਣੀ ਯਾਰੀ ਦੀ ਸੌਂਹ ਲੱਗੇ, ਤੈਨੂੰ ਅਜੇ ਵੀ ਯਕੀਨ ਨਹੀਂ? ਜੇ ਅੱਜ ਤੋਂ ਬਾਅਦ ਮੈਨੂੰ ਆਪਣੇ ਖਿਆਲਾਂ 'ਚ ਵੀ ਲਵਾਂ ਨਾ, ਮੈਂ ਆਪਣੀ ਬੇਬੇ ਦਾ ਮਰੀ ਹੋਈ ਦਾ ਮੂੰਹ ਦੇਖਾਂ। ਬੇਬੇ ਉਡੀਕ ਰਹੀ ਹੋ, ਮੈਂ ਚੱਲਦਾ। ਤੂੰ ਮੇਰਾ ਕੰਮੋ ਨਾਲ ਵਿਆਹ ਕਰਵਾ ਦੇ। ਹੈ ਅਮਰੂ, ਤੂੰ ਸੱਚ ਕਹਿ ਰਿਹਾ? ਹਾਂ, ਸੱਚ ਨੂੰ ਮੈਂ ਕੀ ਝੂਠ ਬੋਲਿਆ? ਪਰ ਅੱਜ ਅਚਾਨਕ ਅਚਾਨਕ ਨੂੰ ਭਾਬੀ, ਮੈਂ ਇਹੋ ਜਿਹੀ ਕਿਹੜੀ ਗੱਲ ਕਰਤੀ ਜਿਹੜੀ ਪੂਰੀ ਨਹੀਂ ਹੋ ਸਕਦੀ? ਚਾਕਰ ਦਾ ਵਿਆਹ ਹੋ ਗਿਆ, ਕੀਰਤ ਆ ਹੋਣ ਵਾਲਾ, ਮੈਨੂੰ ਸਾਰਾ ਪਿੰਡ ਮੇਣੇ ਮਾਰਦਾ। ਪੁੱਤ ਤੈਨੂੰ ਕੰਮੋ ਬਾਰੇ ਸਾਰਾ ਕੁਝ,
मैं की लेना बच्चे बुच्चे तो। फिर तो पुत भी तो मेरे मेरे पुत्रां वर्गा। बस तुम्हें तो जमे क्यों मैं करो अमरू हाथा नहीं जा रहे लिया बेबे अमरू ने हूँ देखी सारे पेंडू बरात लैके जावे आप वाले तो वट कर देने आप छेती ला जा बेबे बेबे सच्ची पेड़े कमो ओती है किधर फोन आया है बापूजी मीत तो पहन दे अच्छा ले आओ रे मीत तो पाई और साड़ी तीन हुए हो जी केड़ी खबर सुनाती हो तो कुछ ही नहीं समझ जाती मामा जी खबर सुनने ता डबी यही हाल हो जाना अमरू ने कमोना व्याले हाँ करती अच्छा हाँ रब तेरी जबान से लखनी करे वो कम आदि माँ और ये अगल सुन एक मिनट भाई एक मिनट अमरू ने साड़ी तीन नल व्याह कर ली हाँ करती शुक्र है भाई गिरु नहीं तो बोलते आ खुशी दी खबर सुना के ता तू साड़ी ते बहुत बड़ा आसान की तती है साड़ी तीन मिलन वाले तान्या करके ना मैं दिन रात कुड़दा रहिंदा सी पुत तू तो अपने मामे दे मन का सारा बोझ हल्का करता रब तेनू इनिया खुशियां दवे इनिया खुशियां दवे धीए कहते तू सामी बस कर मामा सारे हंजू हूं ना घेर ली कलू धी की डोली भी तोरनी आ कुछ हंजू उल भी संभाल के रख लै अच्छा इदा करो दो मुंदियां फड़ लिया सुनारे तो असी अमरू लैके छेती आ रहे हैं चंगा पुत जिंदी रहती है सत श्रीकाल वो छेती आ रहे शगन पा अच्छा हाँ रब ने रावे तू छेती छेती आवे मैं तक नहीं रावे तू छेती छेती आवे मैनू तेरे वेखने दे चा सावला वे छेती कर आजा शामा पे खमाइए दे बूटे निकाइए दे मेरा वे खमाइए दे पंछी जी डिस्टर्ब हो रहे हो तो लाइट बंद कर दा दीदी ना ना तू पढ़ ला बड़ा ही रोमांटिक नॉवल है छड़न नु जी नहीं कर रहा कुड़ी दा व्याह होने वाला है ते उन्हें कोई होरी पसंद है ते मुंडा भी उन्हें बहुत प्यार करता है
खैर मैं तुहानू क्यों दस रही हाँ, तुसी केड़ा लव मैरिज विच बिलीव कर दे हो? हाँ नहीं करती सी, पर हुन लगता करन लग पई हाँ। रियली डू यू हैव एनी क्रश? एक्चुअली ना, आई डोंट नो। तू हमेशा दिल तो सोचना है, कदे दिमाग तो भी सोचा कर। मैं तेरा यह फैसला ठीक नहीं लग्या, ये रोका नहीं धक्का हो रहा। जो कुछ हो रहा मेरी मर्जी नाल हो रहा, इहदे च धक्का कद? मैनू पता तेरी मर्जी नाल की हो रहा, तू कीरत नूं साफ साफ दस क्यों नहीं दिंदा? मैं बेबे की सौं खाधी है, मैं सोच लिया मैं हुण कीरत ते सिमरन दे विचकार नहीं आउणा। जे इहो जिहा कुछ करूँगा ना मेरी आत्मा कदे माफ नहीं करूगी मैनू। हाले बेबे। ओ भाई नीतो, तू तो सानू साह लैण जोगा भी टाइम दिता हैगा, मैनू तो थोड़ी खातरदारी च कमी लगी जांदी है। संजोग ही इतने काले सी कमो दे बापू। ना मामा तू प्यारी नू मंद पड़ने सी, सब कुछ ठीक जागता है, आपां इत्थे ही सार लेना। किसे रिश्तेदार ने सद लंदे, कोई रुस्से ना जाए। आ लो जी। ले मामी, रुसदा तां जीजा हुंदा, मैनू तां कमो ते अमरू दे व्याह दा चा ही बड़ा, मैं तां बिना ढोल तों भंगड़ा पाउणू तैयार खड़ा। इहनू हाथ फड़ लो, लो फड़ो। आ लो बापू, आपा पर तुसी बिलकुल सही टाइम ते आए हो। मैं क्या ची करो शगन? हाँ कर दे कर दे। चलो एक कमो। पा दे हुण। ओए अमरू। छोटे भाई पा दे मुंदरी, की सोची जाना? बधाइयां बेबे। अमरू तेरी अज इंगेजमेंट आ, तू दस्या भी नहीं। आफ्टर ऑल तेरी बचपन दी दोस्त आ, भुल गया? ओ जी सब जल्दी जल्दी हो गया। नेवर माइंड, नाइस कपल, कांग्रेचुलेशंस। ओ मेरी बचपन दी दोस्त सी जी, मैं तो पूछिया भी नहीं। ओए अमरू, तेरी एडी यही कण दोस्त था, मैंने तो कदे दस्या नहीं ओए। चलो बैठो बैठो भाई, तू कार चल, तैनू मैं एड्रेस दिनी ओदा।
ਕਿਰਤ ਅਮਰੂ ਤੂੰ? ਹਾਂ ਬਾਈ, ਮੈਂ ਤੈਨੂੰ ਮਿਲਣ ਆਇਆ ਸੀ। ਕੋਈ ਕੰਮ ਸੀ ਅਮਰੂ? ਓ, ਅਗਲੇ ਹਫ਼ਤੇ ਮੇਰਾ ਵਿਆਹ ਹੈ, ਆ ਕਾਰਡ ਦੇਣ ਆਇਆ ਸੀ। ਬਾਈ ਤੂੰ ਆਏਗਾ ਨਾ, ਮੇਰੀ ਪਿੰਡ 'ਚ ਟੌਰਚ ਹੀ ਬਣ ਜਾਊਗੀ। ਕਮਲਜੀਤ? ਜਿਹਦੇ ਕੋਲ ਤੇਰੇ ਵਰਗਾ ਯਾਰ ਹੋਵੇ ਅਤੇ ਕੰਮੋ ਵਰਗੀ ਜਿਹਦੀ ਵਹੁਟੀ ਹੋਵੇ, ਉਹ ਕਿੰਨਾ ਖੁਸ਼ਕਿਸਮਤ ਹੋਊਗਾ ਨਾ। ਕੰਮੋ? ਬਾਈ ਮੈਂ ਹੋਰ ਜਗ੍ਹਾ ਵੀ ਕਾਰਡ ਦੇਣ ਜਾਣਾ, ਤੂੰ ਆਈ ਜ਼ਰੂਰ ਹੈ। ਤੁਸੀਂ ਉਸ ਦਿਨ ਰੁਕੇ ਨਹੀਂ। ਮੈਨੂੰ ਵੀ ਲੱਗਿਆ ਮੈਨੂੰ ਰੁਕਣਾ ਚਾਹੀਦਾ ਸੀ ਤੇ ਸ਼ਗਨ ਵੀ ਪਾਉਣਾ ਚਾਹੀਦਾ ਸੀ। ਰੁਕਿਆ ਤਾਂ ਤੂੰ ਨਹੀਂ ਅਮਰੂ, ਨਾ ਉਸ ਦਿਨ ਜਿਸ ਦਿਨ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਕਹਿ ਰਿਹਾ ਸੀ, ਤੇ ਨਾ ਉਸ ਦਿਨ ਜਿਸ ਦਿਨ ਮੈਂ ਆਪਣੇ ਦਿਲ ਦੀ ਗੱਲ ਕਹਿਣ ਆਈ ਸੀ। ਅਗਲੇ ਹਫ਼ਤੇ ਮੇਰਾ ਵਿਆਹ ਹੈ, ਤੁਸੀਂ ਆਇਓ ਜ਼ਰੂਰ। ਪਰ ਤੇਰਾ ਵਿਆਹ ਤਾਂ ਮੇਰੇ ਨਾਲ ਹੋਇਆ ਸੀ, ਡਿਵੋਰਸ ਤਾਂ ਲੈ ਲੈਂਦਾ। ਤੁਸੀਂ ਵੀ ਕਿੰਨਾ ਸੋਹਣਾ ਮਜ਼ਾਕ ਕਰਦੇ ਹੋ ਜੀ, ਉਹ ਤਾਂ ਬਚਪਨ ਦਾ ਵਿਆਹ ਸੀ। ਬਚਪਨ ਖਤਮ, ਬਚਪਨ ਦੀਆਂ ਖੇਡਾਂ ਵੀ ਖਤਮ। ਪਹਿਲੀ ਵਾਰ ਤੇਰੀਆਂ ਅੱਖਾਂ 'ਚ ਸੱਚ ਲਿਖੋਇਆ ਨਹੀਂ ਜਾ ਰਿਹਾ ਅਮਰੂ। ਜੇ ਕੋਈ ਮਜਬੂਰੀ ਸੀ ਮੇਰੇ ਨਾਲ ਸ਼ੇਅਰ ਤਾਂ ਕਰਦਾ, ਕਿਸੇ ਹੋਰ ਦੀ ਉਂਗਲੀ 'ਚ ਮੁੰਦਰੀ ਪਾ ਕੇ ਮੇਰੇ ਫੀਲਿੰਗਸ ਨਾਲ ਖੇਡ ਕੇ ਤੈਨੂੰ ਕੀ ਮਿਲਿਆ? ਪਰ ਆਪਾਂ ਦੋਨੋਂ ਤਾਂ ਦੋਸਤ, ਇਸ ਤੋਂ ਵੱਧ ਹੋਰ ਕੁਛ ਵੀ ਨਹੀਂ, ਕੁਛ ਵੀ। ਦੋਸਤੀ ਅਤੇ ਪਿਆਰ ਵਿੱਚ ਕੀ ਫਰਕ ਹੁੰਦਾ? ਇਹ ਤੂੰ ਵੀ ਜਾਣਦਾ ਅਤੇ ਮੈਂ ਵੀ ਜਾਣਦੀ ਹਾਂ। ਤੁਸੀਂ ਗੱਲ ਸੋਚ ਰਹੇ ਹੋ ਸਿਮਰਨ ਜੀ, ਮੇਰੇ ਦਿਲ 'ਚ ਨਾ ਤਾਂ ਕੁਛ ਇਹੋ ਜਿਹਾ ਸੀ ਨਾ ਹੈ। ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਕਿ ਤੇਰੇ ਦਿਲ ਵਿੱਚ ਇੱਦਾਂ ਦਾ ਕੁਝ ਨਹੀਂ। ਹਾਂ, ਕੁਛ ਨਹੀਂ ਹੈ, ਕੁਛ ਨਹੀਂ ਹੈ। ਦਿਲ ਕਿੱਥੋਂ ਲਿਆਵਾਂ ਮੈਂ, ਉਹ ਦਿਲ ਕਿੱਥੋਂ ਲਿਆਵਾਂ ਮੈਂ, ਉਹ ਦਿਲ ਕਿੱਥੋਂ ਲਿਆਵਾਂ ਮੈਂ, ਉਹ ਦਿਲ ਕਿੱਥੋਂ ਲਿਆਵਾਂ ਜੋ ਤੈਨੂੰ ਯਾਦ ਨਾ ਕਰੇ, ਜੋ ਤੈਨੂੰ ਪਿਆਰ ਨਾ ਕਰੇ। ਇੱਕੋ ਸਾਡਾ ਦਿਲ ਉਹ ਵੀ ਤੇਰੇ ਨਾਂ ਮਿਲਾਇਆ ਸੀ, ਦੁਨੀਆ ਨੂੰ ਭੁੱਲ ਤੈਨੂੰ ਆਪਣਾ ਬਣਾਇਆ ਸੀ। ਇੱਕੋ ਸਾਡਾ ਦਿਲ ਉਹ ਵੀ ਤੇਰੇ ਨਾਂ ਮਿਲਾਇਆ ਸੀ, ਆਪਣਾ ਬਣਾਇਆ ਸੀ। ਹੈ ਦੁਨੀਆ ਨੂੰ ਭੁੱਲ ਤੈਨੂੰ ਆਪਣਾ ਬਣਾਇਆ ਸੀ।
गईयां बावां मैं ओ दिल कित्थों ले आवां जो तेनू याद ना करे जो तेनू प्यार ना करे मैं ओ दिल कित्थों ले आवां मैं ओ दिल कित्थों ले सिमरन की होया तू व्याह करा लगा ये चक्कर की आ कोई चक्कर नहीं यार तेन तो पता ही है मेरा कितने व्याह नहीं सी हो रहा उधर कमो दे मां बाप भी उधर ले मुंडा लभदे सी बाकी रिश्तेदारी की गल सी मैं हाँ करती तेरे व्याह की खबर सुन के उधर सिमरन केड़ी गल्लों परेशान है कीरत जो तू सोच रहे इदा की कोई गल नहीं पहला मैं लगता सी भी तू साढ़े दोनों विच आ रहा हूँ पता नहीं एवं क्यों लगता है कि मैं ताडे दोवां विच आ रहा कीरत तैनू मेरी सौं सिमी मेरी बचपन की दोस्त है इस तो वध होर कुछ भी नहीं आ मेरे हाथ ते बन्निया गाना इस गल का सबूत है जे ये गाना मेरे हाथ ते ना बजिया ना तो फिर इस गल का भी सबूत बनेगा कि जो मैं सोच रहा वो बिल्कुल सही है अमरूआ चंगा मैं निकलदा कमो हाँ जी सत श्री अकाल मैं कीरत अमरू दा फ्रेंड सत श्री अकाल वीर जी मैं ना थोड़े नाल एक जरूरी गल करना चाहुंदा सी हाँ जी दसो अमरू ने इस रिश्ते लई ना मजबूरी च हाँ कीती सी दरअसल वो किसी होर नू प्यार करदा है वो ता मजबूर है पर थोड़ा एक छोटा जा फैसला सब ठीक कर सकदा तुसी की चाहते हो कि मैं इस रिश्ते लिए ना कर दवा क्योंकि वो किसी होर नू प्यार करता ये तो अमरू नू सोचना चाहिदा सी ना व्याह लई हाँ करन तो पहला मैं भला क्यों अपनियां खुशियां किसी होर लई कुर्बान करा खुशियां तो फिर भी थोड़े बूहे दे बाहर ही खड़ियां रहनगियां जो भी होवे बड़ी मुश्किल नाल मैं अपने मां प्यो दे चेहरे ते रौनक देखी है हुण मैं उन्हूं किसी भी कीमत ते खोना नहीं चाहती मैं अपना फैसला नहीं बदल सकती थोड़े इस फैसले करके चार जिंदगियां सारी उम्र तड़फणगियां ते जे विआह ना होया तां मेरे मां प्यो सारी उम्र तड़फणगे
जरा उन्हां दे बारे भी तो सोच के देखो। जे मेरी जगह तुहाडी अपनी भैण हुंदी तां तुहाडे दिल ते की बीतदी। मैं थोड़ा दुख समझ सकता? नहीं, मेरे दुख नूं तां कोई भी नहीं समझ सकता। उन्हूं समझण लई पिंडे ते हंडौणा पैंदा है। जेड़ा सौखा नहीं, माफ करना, मैं इस रिश्ते लई ना नहीं कह सकती। बाकी जे अमरू ना कह दवे तां मंजूर होएगा मैनू। ਆਦੇਖ ਟੂਮਾ ਤੇ ਗਹਿਣੇ ਤਾਂ ਬਣ ਗਏ, ਸਾਡੀ ਧੀ ਰਾਣੀ ਲੱਗੀ ਲਾਲ ਰੰਗ ਫੱਬੂ ਕੰਮੋ ਤੇ। ਆਦੇਖ ਰਾਣੀ, ਹਾਂ ਮੈਂ ਪਸੰਦ ਕੀਤਾ ਆਪਣੀ ਧੀ ਲਈ, ਮੇਰੀ ਧੀ ਦੇ। ਆ ਬਰੀ ਜੀ ਕਿੰਨੀ ਸੋਹਣੀ ਲੱਗੂ। ਆ ਦੇਖ ਕੰਮਾ ਪੁੱਤ ਕਲੀਰੇ, ਕੰਮਾ ਪੁੱਤ ਮੈਂ ਬਣਾਏ ਆ। ਆ ਦੇਖ ਤੇਰੇ ਕਲੀਰੇ ਮੇਰੀ ਧੀ। ਬੈਠੋ ਇੱਥੇ ਸਾਰੇ ਜਾਣੇ, ਆਓ ਆਓ ਆਓ, ਕੀ ਆਪ ਦਾ ਮੈਂ ਰੌਲਾ ਪਾਈ ਜਾਣਾ। ਆਓ ਚਾਚਾ ਤੁਸੀਂ ਬੈਠੋ ਬੈਠੋ ਬੈਠੋ। ਭਾਈ ਆਪ ਤੂੰ ਬੈਠਾ ਮੁਈ ਮੌਂ ਦਾ ਹੀ ਪੈਸੇ ਗਿਣ ਲੱਗ ਪਿਆ, ਹੋਰ ਕੰਮ ਵੀ ਕਰ ਲਿਆ ਕਰ। ਤੂੰ ਤੇਰੇ ਚਾਚੇ ਦਾ ਵਿਆਹ ਹੈ, ਤਸੱਲੀ ਨਾਲ ਨੱਚੀ। ਹਾਂ ਕਿਵੇਂ ਉਹ ਮੁੰਡਿਓ, ਠੀਕ ਹੋ? ਅਮਰੂ ਤੂੰ ਵੀ ਸਾਨੂੰ ਵਿਆਹ ਦਾ ਕਾਰਡ ਦੇਣ ਆਇਆ ਸੀ, ਸਾਡਾ ਵੀ ਫਰਜ਼ ਬਣਦਾ ਤੈਨੂੰ ਕੁਝ ਦੇਣ ਦਾ ਯਾਰ। ਅੱਜ ਤੁਹਾਨੂੰ ਦੋਨਾਂ ਨੂੰ ਇਕੱਠੇ ਦੇਖ ਕੇ ਮੈਂ ਬਹੁਤ ਖੁਸ਼ ਹਾਂ।
जिन्ना खुश होना अज ही होला, क्योंकि अज तो बाद तू सानू दोवां नू कठिया कदे नहीं देखना। क्यों? क्योंकि सिमरन हमेशा हमेशा लिए कैनेडा जा रही है। पर थोड़ा दोनों का तो रिश्ता हो गया सी ना? अमरू बुजुर्ग कहिंदे आ ना, जोड़ियां जग थोड़ियां ते नरड बथेरे। जोड़ियां उत्थे बनदियां जिथे दो दिल मिलदे ने, जे दो दिल ही ना मिले फिर वह जोड़ी बना के की करना। असी दोहां ने नरड ना बनन दा फैसला कीता। मतलब थोड़ा रिश्ता सिरे नहीं चढ़िया, हुण असी दोवें सिर्फ फ्रेंड्स हाँ। ते थैंक गॉड बचपन दे नहीं। चल अज मैं भी अपनी अखा सामने तेनों किसी होर दा हुंदा होया वेख के जावांगी। अमरू तू हले भी इतने खड़ा, मैं कदों की बुला के गई हाँ? भाई जी मैनू कही जाते मुंडा लैके आओ, छेती मुंडा लैके आओ, चल तुर। वाहेगुरु जी का खालसा, वाहेगुरु जी की फतेह। हुण लड़की दे पिता जी काका जी दे सेरे वधाणगे जी। वाहेगुरु जी का खालसा, वाहेगुरु जी की फतेह। हुण गुरु महाराज जी तो आग्या वास्ते छोटी अरदास बेनती की जाएगी जी, जिस विच लड़की लड़का, लड़की लड़के दे माता पिता सावधान होंगे, बाकी साध संगत ने इसे तरह ही सजे रहना है जी। वाहेगुरु जी का खालसा, वाहेगुरु जी की फतेह। बोले सोनिहा, वाहेगुरु जी का खालसा, वाहेगुरु जी की फतेह। बेनती है जी के हुण लड़की दे पिता जी पल्ले दी रस्म अदा करनगे जी।
सब नू बेनती है जी हुण गुरु रामदास सोढ़ी पातशाह जी द्वारा उच्चारण कीतियां होईयां चार लावां दा पाठ होवेगा जी। सूही महला चौथा हर पहलड़ी लाम परवृती करम दृढ़ाया बलराम जीओ रचाया महाराज की हजूरी च पे पल्ले नू हथ ना लई ना ता पहली लाम दोबारा पढ़ी जाओगी ना ही गाई जाओगी। ए तो की कह रही कमो, मैं ता बरात लेके तेनू व्याहण आया। बरात इस गल का सबूत हुंदी है कि व्याह होया है, ते इस गल की गवाह भी हो सकती है कि व्याह नहीं होया। पर कम्मो पैणे, जेड़ा इंसान थोड़ी घड़ियां ले मेरा पल्ला नहीं सांभ सकिया, ओ पल्ला सारी जिंदगी मैनू कितना संभालूगा। नहीं नहीं, मैं व्याह नहीं कर सकती। मेरा पल्ला था अपने आप ही सच्चे पातशाह दी चरणी जा लग गया। आज तो यही मेरे मालक ते यही मेरे सिर दे साई ने। कम्मो पुत्र, तिया तो बगाना तन होंदिया ने तिये। बापू जी, तुसी क्यों अपनी धी नू बहुत समझते हो? कि नहीं हो सकता कि तुसी इस पल्ले दी पूणी करके अपनी धी दे सिर ते पग बांधते हो? मैं पुत बन के तुहाडा घर सांभांगी ते धी बन के तुहाडी सेवा करांगी। ले अमरू, मेरे वल्लों तू आजाद है, किते देर ना हो जे, जा अपने प्यार को। मैं तो आज तो सच्चे पातशाह दी होके रवांगी। Thank you.
ਅਮਰੂ ਇਹ ਹੁਕਮ ਹੋਇਆ ਸੱਚੇ ਪਾਤਸ਼ਾਹ ਵਾਹਿਗੁਰੂ ਦਾ, ਚੱਲ ਮੱਥਾ ਟੇਕ ਤੇ ਮੋੜ ਲਿਆ ਆਪਣੀ ਸਿਮਰਨ ਨੂੰ। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਸਿਮਰਨ ਤੇਰੇ ਪਿਆਰ ਨੇ ਕੰਮੋ ਨਾਲ ਮੈਨੂੰ ਪਹਿਲੀ ਲਾਮ ਤੱਕ ਨਹੀਂ ਲੈਣ ਦਿੱਤੀ। ਤੇ ਮੇਰੇ ਪਿਆਰ ਨੇ ਉਂਗਲ ਫੜ ਕੇ ਅੱਜ ਮੈਨੂੰ ਇੱਥੇ ਤੱਕ ਲੈ ਕੇ ਆਉਂਦਾ। ਹੁਣ ਕਿਵੇਂ ਪਤਾ ਲੱਗੂ ਕੌਣ ਕਿਹਨੂੰ ਵੱਧ ਪਿਆਰ ਕਰਦਾ? ਉਹੀ ਜਿਹਨੇ ਅੱਜ ਤੱਕ ਬਚਪਨ ਦੇ ਵਿਆਹ ਨੂੰ ਹੀ ਸੱਚ ਮੰਨਿਆ। ਤੇਰੀ ਗੱਲ ਵੀ ਠੀਕ, ਪਰ ਜਿਹੜਾ ਆਪਣੀਆਂ ਲਾਵਾਂ ਅਧੂਰੀਆਂ ਛੱਡ ਕੇ ਤੇਰੇ ਕੋਲ ਆਇਆ ਉਹਦਾ ਮੁੱਲ ਵੀ ਤਾਂ ਪਾ। ਹਾਂਜੀ ਕਿੱਧਰ ਚੱਲੇ? ਇੱਧਰ ਆਓ ਮਾੜਾ ਜਿਹਾ। ਉਹ ਮੇਰੀ ਟੈਨਸ਼ਨ ਨਾ ਲਿਓ, ਵੱਡੀ ਗੱਡੀ, ਖੁੱਲਾ ਪੈਸਾ, ਚੰਗਾ ਬਿਜ਼ਨਸ, ਉਹ ਕੁੜੀਆਂ ਮਰਦੀਆਂ ਜੱਟ ਦੀ ਲੁੱਕ ਤੇ। ਚੱਕੋ ਪੈਰ ਕਲਚ ਤੋਂ ਤੇ ਤੁਹਾਨੂੰ ਵੀ ਦਿਖਾਵਾਂ ਨਜ਼ਾਰਾ ਚੰਡੀਗੜ੍ਹ ਦਾ। ਕੋਈ ਫਿਰਦਾ ਘਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਏ ਨਜ਼ਾਰੇ ਹਾਈ ਨੀ ਲੈ ਕਿਤੇ। ਕੋਈ ਫਿਰਦਾ ਘਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਏ ਨਜ਼ਾਰੇ ਹਾਈ ਨੀ। ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਪੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਪੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਵਿਗਾੜ ਦਿੱਤੇ ਬੱਲੀਏ, ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ, ਹੁਸਨਾਂ ਦੇ ਕਹਿਰ ਨੇ, ਗੱਲ ਸੁਣ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ, ਨੀ ਚੰਡੀਗੜ੍ਹ ਸ਼ਹਿਰ ਨੇ। ਦੇ
ਵਿਗਾੜ ਦਿੱਤੇ ਬੱਲੀਏ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ ਨੀ ਚੰਡੀਗੜ੍ਹ ਸ਼ਹਿਰ ਨੇ ਹੁਸਨਾਂ ਦੇ ਕਹਿਰ ਨੇ ਗੱਲ ਸੁਣ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ